ਮੈਂ ਨਾ ਮੈਨੂੰ ਇੱਕ ਚੀਜ਼ ਦੱਸੋ, ਇੰਨਾ ਦਰਦ ਆਵਾਜ਼ 'ਚ ਕਿਉਂ ਆ ਗਈ? ਤੁਸੀਂ ਉਹ ਸਮੇਂ 'ਚੋਂ ਲੰਘੇ ਹੋ? ਨਹੀਂ, ਭੁੱਖ ਲੱਗੀ ਵੀਰੇ ਤਾਂ ਦਰਦ ਖਾਂਦਾ ਪ੍ਰਬੰਧ ਕਰੋ ਬਾਈ। ਤੇਰੇ ਵੱਲ ਆਉਣੇ ਤੋਂ ਅਸੀਂ ਇਸ ਦਿਲ ਨੂੰ ਟਾਲ ਲਾਂਗੇ, ਜੇ ਤੇਰਾ ਸਰਦਾਏ ਜਾਂ ਅਸੀਂ ਵੀ ਸਾਰ ਲਾਂਗੇ, ਵੇ ਮਨ ਤੇਰਾ ਭਰ ਗਿਆ ਜੀ। ਬਈ ਜੇ ਤੁਸੀਂ ਇੱਕ ਜੋਕ ਤੇ ਵਾਰ ਵਾਰ ਹੱਸ ਨਹੀਂ ਸਕਦੇ ਸੇਮ ਤੇ, ਤੇ ਤੁਸੀਂ ਸੇਮ ਤਕਲੀਫ ਤੇ ਵਾਰ ਵਾਰ ਰੋਣ ਕਿਉਂ ਲੱਗ ਪੈਂਦੇ? ਬਹੁਤ ਸੋਹਣੀ ਗੱਲ ਵੀਰੇ, ਸੱਚੀ ਹੈ। ਆਪਣੀਆਂ ਕਮੀਆਂ ਨੇ, ਬਹੁਤ ਸਾਰੀਆਂ ਗਲਤੀਆਂ ਨੇ ਜਿਹੜੀਆਂ ਮੈਂ ਗਾਉਣ 'ਚ ਕਰਦਾ, ਬੋਲਣ 'ਚ ਕਰਦਾ, ਸੋਚਣ 'ਚ ਕਰਦਾ, ਠੀਕ ਹੈ। ਮੈਂ ਅੰਦਰੋਂ ਬਾਹਰੋਂ ਹਲੇ ਇੱਕੋ ਜਿਹਾ ਮੈਨੂੰ ਲੱਗਦਾ ਨਹੀਂ ਮੈਂ ਹੋ ਪਾਇਆ, ਕਿਤੇ ਨਾ ਕਿਤੇ ਹਲੇ ਉਹ ਵੈਰ ਵਿਰੋਧ ਈਰਖਾ ਆ ਜਾਂਦੀ ਹੈ। ਹੁਣ ਪਿੱਛੇ ਜੇ ਇੱਕ ਦਿਨ ਸਟੇਜ 'ਤੇ ਖੜੇ ਮੇਰੇ ਤੋਂ ਗੱਲ ਨਿਕਲ ਗਈ, ਹੋ ਜਾਂਦਾ ਹੋ ਜਾਂਦਾ ਯਾਰ, ਮੰਨਦਾ ਵੀ ਜਿਹੜਾ ਬੰਦਾ ਤੁਹਾਡੇ ਨਾਲ ਤੁਹਾਨੂੰ ਗਾਲ ਕੱਢ ਕੇ ਤੁਹਾਨੂੰ ਗਲ ਪੈ ਕੇ ਗੱਲ ਕਰਦਾ ਉਹ ਦਿਲ ਦਾ ਸਾਫ ਹੈ, ਦਿਲ ਦਾ ਸਾਫ ਹੈ। ਬਾਕੀ ਜਿਹੜਾ ਬਾਹਲਾ ਮਿੱਠਾ ਪਿਆਰਾ ਹੈਗਾ, ਜਿਹੜਾ ਭਾਜੀ ਭਾਜੀ ਵੀਰ ਜੀ ਵੀਰ ਜੀ ਕਰਦਾ ਤੇ ਇੱਦਾਂ ਹੈਦਾ, ਉਹ ਮਿੱਠਾ ਉਹ ਤੁਹਾਨੂੰ ਅੱਜ ਵੀ ਮਾਰੂਗਾ, ਤੁਹਾਨੂੰ ਕੱਲ ਵੀ ਮਾਰੂਗਾ, ਯਾਦ ਰੱਖਿਓ। ਕਿਸਮਤ ਨੇ ਖਾਰੇ ਕਿਹੜੇ ਰਾਹੀਂ ਪਾਇਆ ਸੀ, ਰੋਇਆ ਮੈਂ ਉਹ ਤੋਂ ਜ਼ਿਆਦਾ ਜਿੰਨਾ ਤੂੰ ਹਸਾਇਆ ਸੀ, ਮੈਂ ਵੀ ਤਾਂ ਅਧੂਰਾ ਤੇਰੇ ਬਿਨਾਂ ਰਿਹਾ ਸੀ, ਗਿਆ ਨਹੀਂ ਸੀ ਤੈਨੂੰ ਦਿਲ ਚੋਂ ਮੈਂ ਕੱਢ ਕੇ, ਤੇਰਾ ਸੀ ਮੈਂ ਤੇਰਾ ਹਾਂ ਤੇਰਾ ਹੀ ਰਹੂੰਗਾ, ਜਾਣਾ ਨੀ ਕਦੇ ਵੀ ਹੁਣ ਤੈਨੂੰ ਛੱਡ ਕੇ। ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੌਰਾਹੇ ਤੇ, ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ, ਵੇ ਜਾਂਦੀ ਵਾਰੀ ਪਿੱਠਵੀ ਘੁਮਾ ਕੇ ਪਿੱਛੇ ਤੱਕਿਆ ਨਾ, ਖੜੇ ਰਹਿ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ, ਅੱਖੋਂ ਲੈ ਹੋਇਆ ਸੀ ਜਾਵੀ ਹੀ ਵਾਲੇ ਮੋੜ ਤੋਂ, ਜਿੰਦ ਜਾਨ ਸੋਹਣਿਆ ਤੂੰ ਵੇ ਲੈ ਗਿਆ ਸੀ ਕੱਢ ਕੇ। ਕਿਆ ਬਾਤ ਹੈ, ਕਿਆ ਬਾਤ ਹੈ ਬਾਈ, ਬਹੁਤ ਕਮਾਲ ਹੈ ਨਾ। ਥੈਂਕ ਯੂ ਦੋਸਤੋ, ਮੈਂ ਨਾ ਸ਼ਾਇਦ ਮੈਂ ਇੰਨੀ ਸੋਹਣੀ ਇੰਟਰੋ ਵਾਈਫ ਉਹਨਾਂ ਦੀ ਨਹੀਂ ਸੀ ਕਰਵਾ ਸਕਦਾ, ਇਸ ਲਈ ਮੈਂ ਵੀਰੇ ਨੂੰ ਕਹਾਂ ਵੀਰੇ ਆਪਾਂ ਉਹਨਾਂ ਲਾਈਨਾਂ ਤੋਂ ਸ਼ੁਰੂਆਤ ਕਰਦੇ ਹਾਂ ਹਨਾ, ਜਿਹਨਾਂ ਨੂੰ ਸੁਣ ਕੇ ਵੀਰੇ ਪਤਾ ਨੀ ਕਿੰਨੇ ਟੁੱਟੇ ਦਿਲਾਂ ਵਾਲੇ ਹਨਾ ਜੁੜ ਗਏ ਵੀ ਯਾਰ, ਸਕੂਨ ਮਿਲ ਗਿਆ। ਰਣਵੀਰ ਬਾਈ ਸਾਡੇ ਨਾਲ ਮੌਜੂਦ ਨੇ ਬਾਈ, ਕਿੱਦਾਂ ਚੜ੍ਹਦੀ ਕਲਾ ਜੀ? ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ ਜੀ, ਤੁਸੀਂ ਸੁਣਾ ਰਹੇ, ਬਹੁਤ ਵਧੀਆ, ਸ਼ੁਕਰ ਸ਼ੁਕਰ। ਅੱਛਾ, ਬਹੁਤ ਘੱਟ ਹੁੰਦਾ ਨਾ, ਮੋਸਟਲੀ ਇੱਦਾਂ ਹੁੰਦਾ ਵੀ ਇੱਕ ਫਿਲਮ ਹਿੱਟ ਹੋ ਗਈ ਉਹਦਾ ਸੈਕਿੰਡ ਪਾਰਟ ਫਿਲਮਾਂ ਦੇ ਹੁੰਦੇ ਆ, ਬਹੁਤ ਘੱਟ ਹੁੰਦਾ ਕਿ ਅਸੀਂ ਗਾਣੇ ਦਾ ਸੈਕਿੰਡ ਪਾਰਟ ਕਰਨ ਜਾ ਰਹੇ ਹਾਂ ਹਨਾ। ਹਾਂਜੀ, ਔਰ ਉਹ ਵੀ ਮੇਬੀ 5 ਸਾਲ ਹੋ ਗਏ ਵੀਰੇ, 6 ਸਾਲ ਹੋ ਗਏ। ਹਾਂ, ਪੂਰੇ 6 ਸਾਲ ਪੂਰੇ ਹੋ ਗਏ, 6 ਸਾਲਾਂ ਬਾਅਦ ਆਪਾਂ ਪਾਰਟ 2 ਕਰਨ ਜਾ ਰਹੇ ਹਾਂ। ਹਾਂਜੀ, ਇੰਨਾ ਟਾਈਮ ਕਿਉਂ ਲੱਗਦਾ? ਚੌਰਾਹਾ ਜ਼ਿਆਦਾ ਲੰਬਾ ਸੀਗਾ ਵੀ ਵਾਪਸ ਆਉਣ ਨੂੰ, ਲੱਭਿਆ ਹੀ ਨਹੀਂ ਵਾਲਾ ਜੀ, ਮੈਂ ਪੈ ਗਿਆ ਗੂਗਲ ਮੈਪ ਨੇ ਗਲਤ ਪਾਸੇ ਪਹੁੰਚਾਤਾ ਸੀ। ਅੱਛਾ, ਤੇ ਨਹੀਂ ਚਲੋ ਹਾਸਿਆਂ ਨਾਲ ਹਾਸਾ ਰਿਹਾ। ਗੱਲ ਇਹ ਸੀਗੀ ਵੀਰੇ ਕਿ ਬਈ ਜਦੋਂ ਇੱਕ ਗਾਣਾ ਇੰਨਾ ਵੱਡਾ ਹਿੱਟ ਹੋ ਜਾਵੇ ਨਾ, ਫਿਰ ਉਹਦਾ ਪਾਰਟ 2 ਬਣਾਉਣਾ ਓਡਾ ਹੀ ਵੱਡਾ ਚੈਲੰਜ ਹੋ ਜਾਂਦਾ ਰਹੇ। ਵਾਕਈ ਹੁੰਦਾ ਵੀਰੇ, ਤੇ ਉਹ ਚੈਲੰਜ ਜਿਹੜਾ ਹੈਗਾ ਡਰਾ ਰਿਹਾ ਸੀਗਾ ਸਾਨੂੰ ਹੁਣ ਤੱਕ, ਹੁਣ ਵੀ ਪਤਾ ਨਹੀਂ ਡਰਦੇ ਡਰਦੇ ਬਣਾ ਤਾਂ ਲਿਆ, ਹੁਣ ਬਾਕੀ ਦਰਸ਼ਕਾਂ ਦੇ ਹੱਥ ਵਸਾ ਵੀ ਉਹਨਾਂ ਨੂੰ ਕਿੱਦਾਂ ਲੱਗੂਗਾ ਕਿੱਦਾਂ ਨਹੀਂ। ਅਸੀਂ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕੀਤੀ, ਮੇਰੀ ਸੋਚ ਇਹ ਸੀਗੀ ਕਿ ਨਾ ਕਰੀਏ ਪਾਰਟ 2 ਤਾਂ ਚੰਗੀ ਗੱਲ ਹੈ, ਪਰ ਫਾਈਨਲੀ ਸ਼ਾਇਦ ਇਹੀ ਸਮਾਂ ਸੀ ਸਹੀ ਜਦੋਂ ਹੋਣਾ ਸੀ ਇਹ, ਤਾਂ ਇਹ ਹੁਣ ਹੋ ਗਿਆ ਬਸ। ਅੱਛਾ, ਅਸੀਂ ਸੁਣਿਆ ਨਹੀਂ ਹੈ ਨਾ ਇਹ ਸੈਕਿੰਡ ਪਾਰਟ ਤੇ ਬਹੁਤ ਚੰਗਾ ਹੋਣਾ ਨਾ ਉਮੀਦਾਂ ਨੇ, ਪਰ ਏਦਾਂ ਹੁੰਦਾ ਵੀ ਯਾਰ ਜੇ ਆਪਾਂ ਸੈਕਿੰਡ ਤੇ ਆਪਾਂ ਮਾੜੀ ਮੋਟੀ ਕਮੀ ਪੇਸ਼ੀ ਰਹਿ ਗਈ, ਕਿਤੇ ਅਗਲੇ ਇਹ ਨਾ ਕਹਿੰਦੇ ਯਾਰ ਪਹਿਲੇ ਵਾਲਾ ਜ਼ਿਆਦਾ ਵਧੀਆ ਸੀਗਾ। ਆਹੀ ਤਾਂ ਰੌਲਾ, ਇਹ ਹੁੰਦਾ ਡਰ ਵੀਰੇ ਪੂਰਾ ਪੂਰਾ, ਕਿਉਂਕਿ ਉਹ ਇੰਨਾ ਮਕਬੂਲ ਹੈਗਾ, 185 ਮਿਲੀਅਨ ਹੋਣਾ ਕੋਈ ਛੋਟੀ ਗੱਲ ਨਹੀਂ ਸੀਗੀ, ਔਰ ਵੱਡੀ ਗੱਲ ਇਹ ਹੈ ਕਿ 5 ਸਾਲ ਪਹਿਲਾਂ ਉਹਨਾਂ ਰੀਲਾਂ ਦਾ ਇੰਨਾ ਨਹੀਂ ਸੀ ਕਰੇਜ਼,
ਹਾਂਜੀ 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 ਹੁਣ ਤੇ ਬਹੁਤ ਜ਼ਿਆਦਾ ਪਹਿਲਾਂ ਉਦੋਂ ਤਾਂ ਨਹੀਂ ਸੀਗਾ ਹੁਣ ਤੇ ਬਹੁਤ ਜ਼ਿਆਦਾ ਤੇ ਉਹਦੇ ਬਾਵਜੂਦ ਇੰਨਾ ਵੱਡਾ ਹਿੱਟ ਹੋਇਆ ਉਹ ਗਾਣਾ ਤੇ ਹੁਣ ਦੇਖੋ ਜਦੋਂ ਪਾਰਟ 2 ਤੁਸੀਂ ਕਿਸੇ ਚੀਜ਼ ਦਾ ਨਾ ਹੁਣ ਕੰਪੈਰੀਜ਼ਨ ਲੋਕਾਂ ਦੇ ਦਿਮਾਗ 'ਚ ਕਦੇ ਦਾ ਤਾਂ ਆਵੇਗਾ ਹੁਣ ਵੱਜਣ ਲੱਗ ਪਿਆ ਹੁਣ ਉਹ ਸੁਣ ਰਹੇ ਹੋਣਗੇ ਹਨਾ ਮਜ਼ਾ ਵੀ ਹਾਂ ਯਾਰ ਅੱਛਾ ਇੱਦਾਂ ਸੀਗਾ ਤੇ ਬਹੁਤ ਸੁਣਿਆ ਆਪਾਂ ਤਾਂ ਬਹੁਤ ਸੁਣਿਆ ਇੱਦਾਂ ਹੈ ਤੇ ਹੁਣ ਪਾਰਟ 2 ਦੇਖੋ ਕੀ ਹੋਊਗਾ ਉਹਨਾਂ ਦੀ ਉਮੀਦ ਹੋਊਗੀ ਵੀ ਕੁਛ ਉਸ ਤੋਂ ਵੱਡਾ ਹੋਊਗਾ ਕੁਛ ਉਸ ਤੋਂ ਵੱਡਾ ਜੇ ਰੱਬ ਨਾ ਕਰੇ ਵੀ ਜੇ ਜੋ ਅਸੀਂ ਕੀਤਾ ਸਪੋਜ਼ ਕਰੋ ਉਹਨਾਂ ਨੂੰ ਨਾ ਵਧੀਆ ਲੱਗਿਆ ਤੇ ਉਹ ਫਿਰ ਮਾੜੀ ਗੱਲ ਹੈ ਲੈਟ ਅਸ ਸੀ ਕਿੱਦਾਂ ਡਰ ਤਾਂ ਹੈ ਉਸ ਗੱਲ ਨਹੀਂ ਪਰ ਸਾਨੂੰ ਉਮੀਦਾਂ ਨੇ ਕਿ ਬਹੁਤ ਸੋਹਣਾ ਹੋਏਗਾ ਕਿਉਂਕਿ ਟੀਮ ਬਹੁਤ ਸਟਰੋਂਗ ਹੈ ਜੋਤ ਬਾਈ ਹੁਰਾਂ ਨੇ ਦੀ ਡਾਇਰੈਕਸ਼ਨ ਕੋਈ ਛੋਟੀ ਗੱਲ ਨਹੀਂ ਹੈਗੀ ਜੀ 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 ਤੇ ਮਿਊਜ਼ਿਕ ਬਹੁਤ ਕਮਾਲ ਦਾ ਲਿਖਿਆ ਬਹੁਤ ਕਮਾਲ ਦਾ ਤੇ ਗਾਇਆ ਤਾਂ ਤੁਸੀਂ ਕੋਈ ਸ਼ੱਕ ਨਹੀਂ ਚਲੋ ਜਿੰਨਾ ਕੁ ਪਰਮਾਤਮਾ ਨੇ ਬਖਸ਼ਿਆ ਜਿੰਨੇ ਕੁ ਯੋਗੇ ਹੈਗੇ ਆ ਜੋੜ ਤੋੜ ਕੇ ਗਾਤਾ ਤੇ ਵੀਡੀਓ ਪਰ ਜੋਤ ਬਾਈ ਹੁਣਾਂ ਨੇ ਬਹੁਤ ਸੋਹਣਾ ਵੀਡੀਓ ਬਣਾਇਆ ਤੇ ਸੇਮ ਹੀ ਜਿਹੜੀ ਐਕਟਰੈਸ ਜਿਹੜੀ ਗਾਣੇ ਦੇ ਵਿੱਚ ਸੀਗੀ ਵੈਭਵੀ ਜੋਸ਼ੀ ਪਹਿਲਾਂ ਉਹ ਸੇਮ ਹੀ ਉਹਨਾਂ ਨੇ ਹੀ ਫਿਰ ਫੀਮੇਲ ਲੀਡ ਦੀ ਭੂਮਿਕਾ ਨਿਭਾਈ ਆ ਉਹ ਸਟੋਰੀ ਜਿਹੜੀ ਪਹਿਲਾਂ ਵਾਲੇ ਗਾਣੇ ਵਾਲੀ ਸੀ ਉਹੀ ਆਪਾਂ ਕੰਟੀਨਿਊ ਮੈਂ ਹਾਊਸ ਨੂੰ ਸਵਾਲ ਕਰਨਾ ਸੀ ਕਿ ਮੈਂ ਟੀਜ਼ਰ ਵੇਖਿਆ ਸੀ ਉੱਥੇ ਕੰਟੀਨਿਊਟੀ ਆ ਵੀ ਜਿੱਥੋਂ ਹਾਂਜੀ 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 ਛੱਡ ਕੇ ਗਈ ਛੱਡ ਕੇ ਗਈ ਸੀ ਉਸ ਤੋਂ ਬਾਅਦ ਫਿਰ ਉਹ ਕੁੜੀ ਵੀਲ ਚੇਅਰ ਤਾਂ ਹੀ ਸਟਿਲ ਹੁਣ ਉਹ ਬੰਦਾ ਜਿਹੜਾ ਆ ਗਿਆ ਉਹ ਆ ਕੇ ਤੁਸੀਂ ਲਾਸਟ ਵੀਡੀਓ 'ਚ ਦੇਖਿਆ ਹੋਣਾ ਵੀ ਉਹ ਹਸਪੀਟਲ ਜੁਆਇਨ ਕਰ ਲੈਂਦਾ ਐਜ਼ ਅ ਡਾਕਟਰ ਤੇ ਉਹਨੂੰ ਕੇਸ ਮਿਲਦਾ ਉਹੀ ਹੁੰਦਾ ਪਹਿਲੇ ਨੰਬਰ ਤੇ ਜਿਹੜੀ ਉਹਦੀ ਉਹ ਹੁੰਦੀ ਹੁਣ ਉਹ ਵੇਖਦਾ ਵੀ ਆਹ ਕੀ ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਲੱਗਾ ਵੀ ਕਿਤੇ ਮੈਨੂੰ ਧੋਖਾ ਉਹ ਦੇ ਗਈ ਉਹਨੂੰ ਵੀ ਇਹ ਲੱਗਦਾ ਹੁੰਦਾ ਤੇ ਹੁਣ ਜਦੋਂ ਚੀਜ਼ਾਂ ਕਲੀਅਰ ਹੁੰਦੀਆਂ ਫਿਰ ਉਹ ਜਿਹੜਾ ਹੈਗਾ ਇਸ ਵਾਰ ਅਸੀਂ ਸਟੋਰੀ ਇੱਦਾਂ ਕੰਟੀਨਿਊ ਹੈਗੀ ਹੈ ਕਿ ਵੀ ਉਹ ਬੰਦਾ ਫਿਰ ਆਪਣਾ ਸਾਰਾ ਡੈਡੀਕੇਸ਼ਨ ਉਹਨੂੰ ਠੀਕ ਕਰਨ ਦੇ ਵਿੱਚ ਹੀ ਲਾ ਦਿੰਦਾ ਆਪਣਾ ਜੋਬ ਛੱਡ ਦਿੰਦਾ ਵੀ ਮੈਂ ਬਾਅਦ 'ਚ ਕਰੂੰਗਾ ਪਹਿਲਾਂ ਯਾਰ ਜਿਹੜਾ ਮੇਰੇ ਕਰਕੇ ਆਹ ਕੰਮ ਹੋ ਗਿਆ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਮੈਂ ਇਹਨੂੰ ਠੀਕ ਕਰਾਂ ਤਾਂ ਬਸ ਉਹ ਆ ਹੁਣ ਉਹ ਤੁਸੀਂ ਦੇਖਿਓ ਤੁਹਾਨੂੰ ਵਧੀਆ ਲੱਗੂਗਾ ਮਤਲਬ 3 ਮਿੰਟਾਂ 'ਚ ਅਸੀਂ ਪੂਰੀ ਫਿਲਮ ਹੈ ਨਾ ਪੂਰੀ ਫਿਲਮ ਵਾਲਾ ਫੀਲ ਹੋ ਦੇਖੋ ਫਿਲਮਾਂ ਵਾਲਿਆਂ ਦੀ ਇਹੀ ਖਾਸੀਅਤ ਹੁੰਦੀ ਵੀ ਗਾਗਰ ਚ ਸਾਗਰ ਭਰਨ ਦੀ ਜਿਹੜੀ ਕੋਸ਼ਿਸ਼ ਬਾਈ ਹੁਣ ਬਾ ਖੂਬ ਕੀਤੀ ਆ ਬਹੁਤ ਸੋਹਣਾ ਵੀਡੀਓ ਬਣਿਆ ਤੇ ਹਾਲੇ ਫਾਈਨਲ ਤਾਂ ਵੈਸੇ ਮੈਂ ਵੀ ਨਹੀਂ ਦੇਖਿਆ ਪਰ ਰਫ ਕੱਟ ਮੇਰੇ ਕੋਲ ਆਇਆ ਸੀ ਉਹਦੇ 'ਚ ਫੀਲ ਆ ਗਿਆ ਕਿ ਹਾਂ ਬਈ ਓਕੇ ਆ ਮਾਮਲਾ ਅੱਛਾ ਵੀਰੇ ਮੈਂ ਨਾ ਸੋਰੀ ਤੁਹਾਡੀ ਗੱਲ ਕੱਟ ਰਿਹਾ ਮੈਂ ਇੱਦਾਂ ਦੀ ਵੀਡੀਓ ਤੁਹਾਨੂੰ ਵੇਖਣ ਨੂੰ ਵਾਵਾ ਟਾਈਮ ਹੋ ਗਿਆ ਨਾ ਕਿਉਂਕਿ ਅੱਜ ਕੱਲ੍ਹ ਵੀਡੀਓ ਦੀ ਕੋਈ ਐਡੀ ਵੈਲਿਊ ਨਹੀਂ ਹੁੰਦੀ ਹੈ ਕਮਰਸ਼ੀਅਲ ਜਿਹਾ ਬਣਾਇਆ ਗਿਆ ਵੀ ਠੀਕ ਹੈ ਯਾਰ ਆਪਾਂ ਖੜਿਆ ਸਿੰਗਰ ਖੜਿਆ ਸਿੰਕ ਲੈ ਲਓ ਵੀਡੀਓ ਸ਼ੂਟ ਹੋ ਗਿਆ ਇਦਾਂ ਹੀ ਹਾਂਜੀ ਸਟੋਰੀ ਤਾਂ ਵੀਡੀਓ 'ਚ ਖਤਮ ਹੀ ਹੋ ਗਈ ਸੀ ਗੈਪ ਹੀ ਹੋ ਗਈ ਸੀ ਹਾਂ ਬਸ ਇਦਾਂ ਹੀ ਬਿਊਟੀ ਮੋਂਟਾਜੇਸ ਆਲ ਐਂਡ ਆਲ ਬਸ ਖੜੇ ਇਦਾਂ ਤੁਰੇ ਜੇ ਫਿਰਦੇ ਆ ਨਾ ਬਸ ਗੱਲ ਹਾਂ ਇਹ ਇਹ ਚੀਜ਼ਾਂ ਅਸੀਂ ਕੀਤੀਆਂ ਇਦਾਂ ਦੀ ਇੱਕ ਦੋ ਵੀਡੀਓਜ਼ ਤੇ ਪਰ ਨਹੀਂ ਜਿਹੜੀ ਚੀਜ਼ ਦੀ ਹੁਣ ਹਰੇਕ ਗਾਣੇ ਦੇ ਵਿੱਚ ਇਦਾਂ ਦੀ ਵੀਡੀਓ ਨਹੀਂ ਬਣਾ ਸਕਦੇ ਭਾਜੀ ਜਿਹੜੇ ਗਾਣੇ ਦੀ ਉਦਾਂ ਦੀ ਵੀਡੀਓ ਦੀ ਡਿਮਾਂਡ ਆ ਉਹ 'ਚ ਉਦਾਂ ਦੀ ਕਰੀ ਦੀ ਆ ਜਿਹਦੇ ਵਿੱਚ ਹੁਣ ਜੇ ਮੰਨ ਲਓ ਆ ਕਦੇ ਤਾਂ ਬਟ ਇਹ ਤਾਂ ਸਟੋਰੀ ਦੀ ਗੱਲ ਆ ਨਾ ਲੋਕ ਉਸ ਸਟੋਰੀ ਦੇ ਨਾਲ ਕਨੈਕਟਡ ਸੀਗੇ ਕਿ ਯਾਰ ਕੁੜੀ ਦਾ ਐਕਸੀਡੈਂਟ ਹੋ ਗਿਆ ਉਹ ਹੋਸਪਿਟਲ ਚਲ ਗਈ ਬੈੱਡ ਰਿਡਨ ਹੋ ਗਈ ਉਹਦਾ ਹੈ ਨਾ ਬੋਲ ਨਹੀਂ ਸਕ ਰਹੀ ਕੀ ਉਹਦੀ ਹਾਲਤ ਹੋਈ ਹੋਈ ਆ ਤਾਂ ਉਸ ਚੀਜ਼ ਨਾਲ ਲੋਕ ਬਹੁਤ ਕਨੈਕਟਡ ਨੇ ਤਾਂ ਉਹਨੂੰ ਕੰਟੀਨਿਊ ਕਰਨਾ ਜ਼ਰੂਰੀ ਸੀ ਇਸ ਕਰਕੇ ਸਾਨੂੰ ਲੱਗਿਆ ਵੀ ਹਾਂ ਯਾਰ ਉਸੇ ਚੀਜ਼ ਨੂੰ ਹੀ ਆਪਾਂ ਅੱਗੇ ਕੈਰੀ ਫਾਰਵਰਡ ਕਰਦੇ ਹਾਂ ਤੇ ਉਹ ਆ ਬਾਕੀ ਮੋਰ ਓਵਰ ਜਿਹੜੇ ਇੱਦਾਂ ਦੇ ਜਿਹੜੇ ਕੁਛ ਲਿਰਿਕਸ ਹੀ ਇੱਦਾਂ ਦੇ ਹੁੰਦੇ ਜਿਹੜੇ ਸਟੋਰੀ ਦੱਸ ਰਹੇ ਹੁੰਦੇ ਹੋਏ ਹੁਣ ਇਹਦੇ ਵਿੱਚ ਜਿਹੜਾ ਪਾਰਟ 2 ਹੈਗਾ ਮੈਂ ਇੰਨਾ ਕੁ ਮੈਂ ਜ਼ਰੂਰ ਦੱਸਣਾ ਚਾਹੂੰਗਾ ਵੀ ਜਿਹੜਾ ਪਾਰਟ 2 ਹੈਗਾ ਹੁਣ ਉਹ ਮੁੰਡਾ ਜਿਹੜਾ ਵਾਪਸ ਆ ਗਿਆ ਮੰਨ ਲਓ ਉਹਨੇ ਦੇਖਿਆ ਕਿ ਬਈ ਯਾਰ ਮੈਂ ਮੇਰੇ ਕਰਕੇ ਇੱਦਾਂ ਹੋ ਗਿਆ ਹਨਾ ਤੇ ਵੀ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਕੁਛ ਹੋਰ ਸਮਝ ਹੀ ਗਿਆ ਤਾਂ ਫਿਰ ਹੁਣ ਉਹਦਾ ਰਿਪਲਾਈ ਆ ਅੱਛਾ ਹੁਣ ਉਹ ਆਪਦਾ ਪੁਆਇੰਟ ਆਫ ਵਿਊ ਰੱਖ ਰਿਹਾ ਵੀ ਯਾਰ ਵੀ ਸੋਰੀ ਵੀ ਮੈਂ ਮੇਥੋਂ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਵੀ ਸੀਗਾ ਵੀ ਇਦਾਂ ਹੈਗਾ ਪਹਿਲੇ ਸੀ ਇਦਾਂ ਕਹੇਗਾ ਸੀ ਕੁੜੀ ਵੱਲੋਂ ਸੀਗਾ ਵੀ ਮੁੰਡਾ ਬੇਵਫਾ ਹਾਂ ਅੱਛਾ ਜਦੋਂ ਵੀ ਇਹ ਗਾਣਾ ਹੁੰਦਾ ਹਨਾ ਕਦੇ ਦਾ ਦੂ ਆਵੇਗਾ 19 ਉਦੋਂ ਆਈਲੈਟਸ ਦਾ ਬਹੁਤ ਕਰੇਜ਼ ਸੀ ਹੁਣ ਵੀ ਹੈਗਾ ਥੋੜਾ ਜਿਹਾ ਹੁਣ ਡਾਊਨ ਪੈ ਗਿਆ ਉਦੋਂ ਲੋਕ ਮੁੜੇ ਆਉਂਦੇ ਉਦੋਂ ਮੋਸਟਲੀ ਇਦਾਂ ਹੀ ਹੁੰਦਾ ਸੀ ਨਾ ਕਿ ਕੁੜੀ ਛੱਡ ਗਈ ਹਾਂਜੀ ਹਾਂਜੀ ਆਈਲੈਟਸ ਕਰਕੇ ਕੁੜੀ ਬਾਹਰ ਚਲੀ ਗਈ ਪਰ ਜਦੋਂ ਥੋੜਾ ਸੀਗਾ ਵੀ ਮੁੰਡਾ ਜਾ ਰਿਹਾ ਡਾਕਟਰੇਟ ਕਰਨ ਦੇ ਲਈ ਬੰਦਾ ਬਾਹਰ ਗਿਆ ਸੀ ਬੇਸਿਕਲੀ
ਮਾਸਟਰ ਡਿਗਰੀ ਮੈਡੀਕਲ ਸਾਇੰਸ ਦੀ ਕਰਨ ਦੇ ਲਈ ਬਾਹਰ ਗਿਆ ਸੀਗਾ ਤੇ ਨੋ ਡਾਊਟ ਉਹ ਦੇਖੋ ਕੁਛ ਹਟ ਕੇ ਸੀ ਕੁਝ ਵੱਖਰਾ ਸੀਗਾ ਉਹ ਵੱਖਰਾ ਸੀ ਲੋਕਾਂ ਨੂੰ ਵਧੀਆ ਲੱਗਿਆ ਕਿ ਯਾਰ ਹਾਂ ਠੀਕ ਹੈ ਵੀ ਇੰਨੇ ਤਾਂ ਮੋਸਟਲੀ ਕੁੜੀਆਂ ਜਾਂਦੀਆਂ ਦਿਖਾਉਂਦੇ ਆ ਗਾਣੇ ਚ ਵੀ ਹਾਂ ਵੀ ਕੁੜੀ ਨੇ ਆਈਲਟਸ ਕੀਤੀ ਜੀ ਛੱਡ ਕੇ ਚਲੀ ਗਈ ਫਲਾਣੇ ਕਰ ਕਿੰਨੇ ਗਾਣੇ ਆਏ ਆ ਤੇ ਉਹ ਅਸੀਂ ਤਾਰਾਂ ਪੁੱਠੀਆਂ ਜੋੜੀਆਂ ਤੇ ਉਹ ਵਧੀਆ ਕਨੈਕਸ਼ਨ ਹੋ ਗਿਆ। ਅੱਛਾ ਤੁਸੀਂ ਜਿੰਨੇ ਕਮੈਂਟ ਆਏ ਸੀ ਤੁਸੀਂ ਰੀਡ ਕੀਤੇ? ਮੈਂ ਕੱਲ ਹੀ ਵੇਖ ਰਿਹਾ ਸੀ ਜਦੋਂ ਤੁਹਾਨੂੰ ਕਹਿੰਦੇ ਯੂਟਿਊਬ ਤੇ ਥੱਲੇ ਯੂਟਿਊਬ ਤੇ ਥੱਲੇ ਮੈਂ ਪਹਿਲਾਂ ਪਹਿਲ ਤਾਂ ਮੈਂ ਬਹੁਤ ਮਿਲਣ ਦਾ 2 ਸਾਲ ਤਾਂ ਪੜ੍ਹਦਾ ਰਿਹਾ ਕਮੈਂਟ, ਫਿਰ ਮੈਂ ਥੋੜ੍ਹਾ ਮਤਲਬ ਬਿਜ਼ੀ ਹੋ ਗਿਆ, ਫਿਰ ਹੁਣ ਕਦੇ ਕ ਤਾਂ ਜਿੱਦਾਂ ਹੋਵੇ ਤਾਂ ਕਦੇ ਦੇਖ ਲੈਂਦੇ ਵੀ ਲੇਟੈਸਟ ਆ ਰਿਹਾ, ਡੇਲੀ ਕਮੈਂਟਸ ਆਉਂਦੇ ਬਾਈ ਡੇਲੀ ਹਲੇ ਵੀ ਆਏ। ਅੱਛਾ ਉਹ ਆਉਂਦੇ ਹੁੰਦੇ ਆ ਹੂਜ਼ ਸਟਿਲ ਲਿਸਨਿੰਗ ਇਨ 2024, ਹਾਂ ਮੈਂ ਹੀ ਵੇਖ ਰਿਹਾ ਸੀ ਅੱਜ ਦੇ ਟਾਈਮ 'ਚ ਕੌਣ ਕੌਣ ਚੀਜ਼ ਹੋ ਰਿਹਾ ਤੇ ਮਤਲਬ ਉੱਥੇ ਵੀ ਉਹਦੇ 'ਤੇ ਵੀ ਕਮੈਂਟਸ ਆ ਰਹੇ ਆ ਤੇ ਵਧੀਆ ਗੱਲ ਆ। ਅੱਛਾ ਉਹਦੇ ਵਿੱਚ ਕਹਿੰਦੇ ਸੀ ਨਾ ਯਾਰ ਵੀ ਹਰ ਬੰਦਾ ਕਹਿੰਦਾ ਯਾਰ ਮੇਰੇ ਨਾਲ ਇਹ ਚੀਜ਼ ਹੋਈ ਆ, ਜਿੱਦਾਂ ਮੈਂ ਤੁਹਾਨੂੰ ਕਿਹਾ ਨਾ ਕਈਆਂ ਨੇ ਤਾਂ ਇੱਦਾਂ ਕਿਹਾ ਕਹਿੰਦੇ ਯਾਰ ਬਾਈ ਮੇਰੀ ਸੇਮ ਮੇਰੀ ਸਟੋਰੀ ਲੱਗਦੀ ਆ, ਮੇਰੀ ਸਹੇਲੀ ਇੱਦਾਂ ਕਰ ਗਈ। ਬਹੁਤ ਤੁਸੀਂ ਕਹੋ ਮੰਨੋਗੇ ਨਹੀਂ ਵੀਰੇ, ਬਹੁਤ ਸਾਰੇ ਰਾਈਟਰ ਮੁੰਡੇ ਜਿਨ੍ਹਾਂ ਦੇ ਅੱਜ ਚੰਗੇ ਨਾਮ ਆ, ਵੱਡੇ ਗਾਣੇ ਜਿਹੜੇ ਦੇ ਕੇ ਬੈਠੇ ਆ, ਚੰਗੇ ਸਿੰਗਰ, ਚੰਗੇ ਯੂ ਨੋ ਹੋਰ ਬਹੁਤ ਐਕਟਰ ਐਕਟਰੈਸਿਸ ਜਿਹੜੇ ਪੰਜਾਬੀ ਇੰਡਸਟਰੀ 'ਚ ਵਧੀਆ ਕੰਮ ਕਰਦੇ ਆ, ਉਹਨਾਂ ਸਾਰਿਆਂ ਦਾ ਵੀ ਇਹ ਕਹਿਣਾ ਯਾਰ ਅਸੀਂ ਜਦੋਂ ਵੀ ਲੜਦੇ ਹੁੰਦੇ ਸੀ ਅਸੀਂ ਉਹ ਉਹਨੇ ਮੈਨੂੰ ਭੇਜਣਾ ਜਾਂ ਮੈਂ ਉਹਨੂੰ ਭੇਜਣਾ ਜਾਂ ਅਸੀਂ ਆਹ ਗਾਣਾ ਸੁਣਾ ਕੇ ਰਾਜੀਨਾਮਾ ਕਰ ਲੈਂਦੇ ਸੀ ਜਾਂ ਇੱਦਾਂ ਸੀ ਜਾਂ ਮੈਨੂੰ ਮੇਰਾ ਜਦੋਂ ਦਿਲ ਟੁੱਟਿਆ ਜੀ ਇਸ ਗਾਣੇ ਨੇ ਮੈਨੂੰ ਬਹੁਤ ਸੰਭਾਲਿਆ, ਮੈਨੂੰ ਇਹਦੇ ਨਾਲ ਇੱਦਾਂ ਹੋਇਆ, ਬਹੁਤ ਬਹੁਤ ਤੁਹਾਡਾ ਥੈਂਕ ਯੂ, ਮੈਂ ਤੁਹਾਡਾ ਗਾਣਾ ਸੁਣ ਕੇ ਬਹੁਤ ਰੋਇਆ, ਮੈਂ ਤੁਹਾਡਾ ਗਾਣਾ ਸੁਣ ਕੇ ਬਹੁਤ ਰੋਈ, ਮੈਂ ਸੋਚਦਾ ਨਾ ਪਤਾ ਨਹੀਂ ਭਰਾਵਾ ਵੀ ਮੈਂ ਇਹੋ ਜਿਹਾ ਕੀ ਕਰ ਦਿੱਤਾ। ਤੇ ਪਰ ਸੱਚੀ ਇਹ ਕਿਸੇ ਵੀ ਕਲਾਕਾਰ ਦੇ ਲਈ ਵੱਡੀ ਗੱਲ ਹੁੰਦੀ ਆ, ਬਹੁਤ ਵੱਡਾ ਕੰਪਲੀਮੈਂਟ ਹੁੰਦਾ ਬਈ ਉਹਦੀ ਚੀਜ਼ ਨੂੰ ਕੋਈ ਇਸ ਤਰੀਕੇ ਨਾਲ ਐਪਰੀਸ਼ੀਏਟ ਕਰ ਰਿਹਾ ਕਿ ਤੇਰਾ ਗਾਣਾ ਸੁਣ ਕੇ ਸਾਨੂੰ ਆਹ ਮਹਿਸੂਸ ਹੋਇਆ। ਕੋਈ ਰੀਅਲ ਸਟੋਰੀ ਤੁਹਾਨੂੰ ਯਾਦ ਆ ਕਿਸੇ ਨੇ ਤੁਹਾਡੇ ਨਾਲ ਸ਼ੇਅਰ ਕੀਤੀ ਹੋਵੇ? ਬਾਈ ਯਾਰ ਮੈਂ ਇਹਨੂੰ ਲੱਗਿਆ ਗਾਣਾ ਮਲਟੀਪਲ ਸਟੋਰੀਜ਼ ਨੇ ਬਹੁਤ ਜ਼ਿਆਦਾ, ਜ਼ਿਆਦਾ ਲੰਬੀ ਦੌੜੀ ਗੱਲ ਨਹੀਂ ਕਰਦੇ। ਇੱਕ ਮੁੰਡਾ ਲਿਰਿਸਿਸਟ ਹੈਗਾ ਵਿੱਕੀ ਗਿੱਲ, ਉਹ ਪਰਮੀਸ਼ ਬਾਈ ਨੇ ਗਾਣਾ ਗਾਇਆ ਸੀਗਾ ਜਿਹੜਾ ਗਾਲ ਨਹੀਂ ਕੱਢਣੀ, ਹਨਾ, ਤੇ ਮੈਨੂੰ ਵਿੱਕੀ ਦਾ ਫੋਨ ਆਇਆ, ਬਾਈ ਸਤਿ ਸ਼੍ਰੀ ਅਕਾਲ, ਮੈਂ ਕਿਹਾ ਸਤਿ ਸ਼੍ਰੀ ਅਕਾਲ ਬ੍ਰੋ, ਬਾਈ ਮੈਂ ਵਿੱਕੀ ਗੱਲ ਬੋਲਦਾ, ਮੈਂ ਕਿਹਾ ਹਾਂਜੀ ਹਾਂਜੀ ਵੀਰੇ, ਅੱਛਾ ਚਲੋ ਪਤਾ ਤਾਂ ਹੁੰਦਾ ਹੀ ਹੈ ਨਾ, ਤੇ ਬਾਈ ਕਹਿੰਦਾ ਵੀ ਮੇਰੀ ਤੇ ਤੁਹਾਡੀ ਭਰਜਾਈ ਦੀ ਇਹ ਫਰਮਾਇਸ਼ ਆ ਵੀ ਜਦੋਂ ਸਾਡਾ ਵਿਆਹ ਹੋਊਗਾ ਤੁਸੀਂ ਹੀ ਲੱਗਣਾ। ਕਿਆ ਬਾਤ ਹੈ, ਤੁਸੀਂ ਸਾਡੇ ਫੇਵਰੇਟ ਆ, ਤੁਹਾਡੇ ਗਾਣੇ ਨੇ ਸਾਡਾ ਬਹੁਤ ਜਿੱਦਾਂ ਮਾਮਲਾ ਬਚਾ ਕੇ ਰੱਖਿਆ, ਮੈਂ ਠੀਕ ਹੈ ਇਹ ਬਹੁਤ ਵੱਡੀ ਗੱਲ ਹੈ ਨਾ। ਤੇ ਇੱਦਾਂ ਹੋਰ ਬਹੁਤ ਸਾਰੇ ਮਤਲਬ ਇੱਦਾਂ ਦੇ ਕਿੱਸੇ ਨੇ, ਮਤਲਬ ਤੁਸੀਂ ਮੰਨੋਗੇ ਨਹੀਂ, ਮਤਲਬ ਜਿੰਨੇ ਲੋਕ ਮੈਨੂੰ ਮਿਲੇ ਮੋਸਟਲੀ ਹਰੇਕ ਨੇ ਬਾਈ ਨਾਲ ਦੀ ਨੂੰ ਬਹੁਤ ਭੇਜਿਆ, ਬਾਈ ਨਾਲ ਦੀ ਨੇ ਮੈਨੂੰ ਬਹੁਤ ਭੇਜਿਆ, ਇੱਦਾਂ ਦੀਆਂ ਸਟੋਰੀਜ਼ ਤਾਂ ਉਹ ਮਤਲਬ ਬੜਾ ਸ਼ੁਕਰ ਹੀ ਹੈ ਇਸ ਗੱਲ ਦਾ ਵੀ ਜੇ ਜੇ ਮੇਰੇ ਹਿੱਸੇ ਆ ਚੀਜ਼ ਆਈ ਹੈ ਵੀ ਜਿਹੜੀ ਲੋਕਾਂ ਨੇ ਇੱਦਾਂ ਇੱਕ ਦੂਜੇ ਨੂੰ ਧੱਕੇ ਨਾਲ ਸੁਣਾਈ ਹੈ। ਕੋਈ ਚੱਕਰ ਵਾਲੀ ਗੱਲ ਨੀ, ਤੁਸੀਂ ਗਾਣਾ ਸੁਣਾਓ, ਕਿਉਂਕਿ ਉਹ ਲੋਕ ਉਸ ਗਾਣੇ ਦੇ ਦੀਵਾਨੇ, ਸੱਚੀ ਉਸ ਗਾਣੇ ਦੇ ਦੀਵਾਨੇ। ਮੈਂ ਤਾਂ ਮਤਲਬ ਕਮਲਿਆਂ ਵਾਂਗੂ ਲੋਕਾਂ ਨੂੰ ਨਾਲ ਗਾਉਂਦੇ ਦੇਖਦਾ, ਨਾਲ ਸੁਣਦੇ ਦੇਖਦਾ, ਹਨਾ, ਇੱਦਾਂ ਝੂਮਦੇ ਦੇਖਦਾ ਵੀ ਯਾਰ ਕਿਆ ਬਾਤ ਹੈ। ਜਿਹਨੇ ਕਦੇ ਵੀ ਕਿਸੇ ਹੋਰ ਕਲਾਕਾਰ ਨਾਲ ਜਿਹਨੇ ਜ਼ਿੰਦਗੀ 'ਚ ਫੋਟੋ ਨਹੀਂ ਖਿਚਾਈ ਹੁੰਦੀ ਨਾ, ਉਹ ਵੀ ਫੋਨ ਕੱਢ ਕੇ ਐਂ ਵੀਡੀਓ ਬਣਾ ਰਿਹਾ ਹੁੰਦਾ ਕਿ ਵੀ ਹਾਂ ਵੀ ਇਹ ਗਾ ਰਿਹਾ ਗਾਣਾ ਲਾਈਵ ਆਪਾਂ ਰਿਕਾਰਡ ਕਰਨਾ। ਬਹੁਤ ਮੇਰੇ ਨਾਲ ਇੱਦਾਂ ਦੇ ਐਕਸਪੀਰੀਅੰਸ ਹੁੰਦੇ ਅਤੇ ਮੈਨੂੰ ਮਤਲਬ ਉਹਨਾਂ ਹੀ ਸਕੂਨ ਆਉਂਦਾ, ਹਰ ਵਾਰੀ ਸ਼ੁਕਰ ਹੁੰਦਾ ਵੀ ਠੀਕ ਹੈ ਯਾਰ। ਮੈਨੂੰ ਗਾਣੇ ਦੀ ਖੂਬਸੂਰਤ ਗੱਲ ਇਹ ਲੱਗਦੀ ਹੈ ਵੀਰੇ ਨਾ, ਉਹ ਗਾਣੇ 'ਚ ਕੁੜੀ ਮੁੰਡੇ ਨੂੰ ਕੋਈ ਤਾਂਧਾ ਮਿਣਾ ਨਹੀਂ ਦੇ ਰਹੀ, ਸਿਰਫ ਦਿਲ ਦੀ ਗੱਲ ਰੱਖ ਰਹੀ ਹੈ ਵੀ ਯਾਰ ਤੂੰ ਆਵੇਂਗਾ ਜ਼ਰੂਰ ਜੇ ਮੇਰਾ ਪਿਆਰ ਸੱਚਾ। ਉਹ ਮਤਲਬ ਜਿੱਦਾਂ ਆਪਦਾ ਇੱਕ ਦਿਲ ਜਿਹਾ ਫਰੋਲਿਆ ਹੋਇਆ ਨਾ ਵੀ ਇੰਜ ਤਾਂ ਕੋਈ ਖੇਡ ਕੇ ਖਿਡਾਉਣਿਆਂ ਨੂੰ ਸੁੱਟਦਾ ਨਾ ਜਿਵੇਂ ਮੈਨੂੰ ਸੁੱਟ ਗਿਆ ਜ਼ਿੰਦਗੀ ਚੋਂ ਕੱਢ ਕੇ ਨਾ, ਤੇ ਉਹ ਹੁਣ ਉਸੇ ਦਾ ਹੁਣ ਜਿਹੜਾ ਪਾਰਟ 2 ਆ, ਹੁਣ ਇਹਦੇ ਵਿੱਚ ਜਿਹੜਾ ਹੈਗਾ ਹੁਣ ਉਹ ਬੰਦਾ ਆਪਦਾ ਪੱਖ ਰੱਖ ਰਿਹਾ, ਉਹ ਵੀ ਉਹ ਕੁਛ ਉਹ ਨਹੀਂ ਕਰ ਰਿਹਾ, ਉਹ ਵੀ ਦੱਸ ਰਿਹਾ ਵੀ ਮੇਰੇ ਨਾਲ ਕੀ ਕੀ ਹੋਈ।
ਮੈਂ ਮੇਰੇ ਕੀ ਸੋਚ ਵਿਚਾਰ ਹੈ, ਮੈਂ ਕੀ ਸੋਚਿਆ ਤੇ ਮੈਂ ਕਿੱਦਾਂ ਮਹਿਸੂਸ ਕਰਦਾ ਸੀ ਜਦੋਂ ਮੈਂ ਤੇਰੇ ਤੋਂ ਦੂਰ ਸੀ, ਉਹ ਗੱਲ ਇਹਦੇ ਵਿੱਚ ਹੁਣ ਬਿਆਨ ਹੋਈ ਹੋਈ ਹੈ ਸੋ ਲੈਟਰ। ਔਰ ਵੱਡੀ ਗੱਲ ਹੈ ਕਿ ਗਾਣਾ ਇੱਕ ਲਾਈਨ ਦਾ ਨਹੀਂ, ਤੁਹਾਨੂੰ ਇਹ ਗੱਲ ਮੰਨਦੇ ਹੋ ਕਿ ਅੱਜ ਦੇ ਗਾਣੇ ਸਿਰਫ ਇੱਕ ਲਾਈਨ ਦੇ ਨੇ, ਹੁੱਕ ਲਾਈਨ ਦੇ ਗਾਣੇ ਰਹਿ ਗਏ? ਹਾਂਜੀ ਨਹੀਂ ਧਿਆਨ ਦਿੱਤਾ ਜਾਂਦਾ ਵੀ ਵਿੱਚ ਗੱਲ ਕੀ ਰੱਖ ਰਿਹਾ ਸੀ? ਬਿਲਕੁਲ ਬਿਲਕੁਲ, ਉਹ ਜਿੱਦਾਂ ਉਹ ਕਹਿੰਦੇ ਹੁੰਦੇ ਵੀ ਉੱਤੇ ਉੱਤੇ ਵਧੀਆ ਲੇਪ ਕਰ ਦਿੱਤਾ ਜਾਂਦਾ, ਵਿੱਚ ਸਾਰਾ ਖੋਖਲਾ ਹੀ ਹੁੰਦਾ ਮਾਮਲਾ, ਹੈ ਨਾ? ਤੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਕੱਲੀ ਇਕੱਲੀ ਲਾਈਨ, ਕਿਉਂਕਿ ਅੱਜ ਕੱਲ੍ਹ ਇੰਸਟਾਗ੍ਰਾਮ ਰੀਲਸ ਦਾ, ਫਿਰ ਮੈਂ ਉਸੇ ਗੱਲ ਤੇ ਆਊਂਗਾ, ਰੀਲਸ ਦਾ ਜ਼ਮਾਨਾ, ਪਤਾ ਨਹੀਂ ਕਿਹੜੀ ਲਾਈਨ ਨੇ ਚੱਲਣਾ, ਪੂਰੇ ਗਾਣੇ ਚੋਂ ਇੱਕ ਵੀ ਲਾਈਨ ਲੋਕਾਂ ਨੂੰ ਪਸੰਦ ਆਊਗੀ, ਗਾਣਾ ਚੱਲ ਜਾਂਦਾ। ਇਸ ਕਰਕੇ ਇਕੱਲੀ ਇਕੱਲੀ ਲਾਈਨ ਤੇ ਹੀ ਜ਼ੋਰ ਦੇਈਦਾ ਵੀ ਯਾਰ ਆਹ ਨਹੀਂ ਤਾਂ ਆਹ ਚੱਲ ਜਾਵੇ, ਆਹ ਨਹੀਂ ਤਾਂ ਉਹ ਚੱਲ ਜਾਵੇ, ਆਹ ਨਹੀਂ ਤਾਂ ਉਹ 'ਚ ਕਿੰਨੇ ਚਾਂਸ ਹੁੰਦੇ ਆ। ਸੋ ਇਸ ਕਰਕੇ ਸਾਡੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਵੀ ਯਾਰ ਆਪਾਂ ਗਾਣੇ 'ਚ ਕੋਈ ਹੌਲੀ ਗੱਲ ਰੱਖਣੀ ਹੀ ਨਹੀਂ। ਬਹੁਤੇ ਗਾਣੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੀ ਹੁੱਕ ਲਾਈਨ ਨਹੀਂ ਚੱਲਦੀ, ਕੋਈ ਹੋਰ ਲਾਈਨ ਵਾਇਰਲ ਹੋ ਜਾਂਦੀ ਹੈ। ਹਾਂਜੀ ਬਿਲਕੁਲ, ਮੈਂ ਤੁਹਾਨੂੰ ਦੱਸੀ ਤਾਂ ਚਾਹੁੰਦਾ, ਜਿਵੇਂ ਮੇਰਾ ਇੱਕ ਗਾਣਾ ਹੁਣ ਮੈਂ ਪਿੱਛੇ ਜਿਹੇ ਕੀਤਾ ਸੀਗਾ, ਤੇਰੇ ਵਰਗੇ ਨਹੀਂ ਉਹਦਾ ਟਾਈਟਲ ਸੀਗਾ, ਉਹ ਗਾਣੇ ਦੀ ਮੇਨ ਲਾਈਨ ਸੀਗੀ ਧੰਨਵਾਦ ਤੇਰਾ ਸੱਜਣਾ, ਸਿਲਾ ਦਿੱਤਾ ਪਿਆਰਾਂ ਦਾ, ਗਲ ਘੁੱਟ ਕੇ ਤੁਰ ਚੱਲਿਆ ਕੀਤੇ ਐਤਵਾਰਾਂ ਦਾ, ਵੇ ਤੂੰ ਦੇ ਵੀ ਕੀ ਸਕਦਾ, ਅਸੀਂ ਤਾਂ ਹੋਰ ਸਾਰ ਲਾਂਗੇ, ਜੇ ਤੇਰਾ ਸਰਦਾ ਜਾ ਅਸੀਂ ਵੀ ਸਾਰ ਲਾਂਗੇ, ਮਨ ਤੇਰਾ ਭਰ ਗਿਆ ਜੇ ਮਨ ਅਸੀਂ ਭਰ, ਇਹ ਹੁੱਕ ਲਾਈਨ ਸੀਗੀ। ਹੁਣ ਉਹਦੇ ਅੰਤਰੇ ਦੀ ਇੱਕ ਲਾਈਨ ਜਿਹੜੀ ਬਹੁਤ ਵਾਇਰਲ ਹੋਈ, ਤੈਨੂੰ ਪਿਆਰ ਕਰਦੇ ਹਾਂ ਕੋਈ ਦਿਖਾਵਾ ਕਰਦੇ ਨਹੀਂ, ਹਾਂ ਸ਼ੁਕਰ ਅੱਲਾ ਦਾ ਅਸੀਂ ਤੇਰੇ ਵਰਗੇ ਨਹੀਂ, ਤੇਰੇ ਵਰਗੇ ਨਹੀਂ, ਤੇਰੇ ਵੱਲ ਆਉਣੇ ਤੋਂ ਅਸੀਂ ਇਸ ਦਿਲ ਨੂੰ ਟਾਲ ਲਾਂਗੇ, ਜੇ ਤੇਰਾ ਸਰਦਾ ਏ ਜਾ ਅਸੀਂ ਵੀ ਸਾਰ ਲਾਂਗੇ, ਵੇ ਮਨ ਤੇਰਾ ਭਰ ਗਿਆ ਜੀ ਮਨ ਅਸੀਂ ਵੀ ਮਾਰ ਲਾਂਗੇ, ਧੰਨਵਾਦ ਤੇਰਾ ਸੱਜਣਾ। ਕਿਆ ਬਾਤ ਆ ਬਾਈ, ਸੱਚੀ ਨਾ ਵੀਰੇ ਰਣਵੀਰ, ਮੈਂ ਨਾ ਮੈਨੂੰ ਇੱਕ ਚੀਜ਼ ਦੱਸੋ, ਇੰਨਾ ਦਰਦ ਆਵਾਜ਼ 'ਚ ਕਿਉਂ ਆ ਗਈ, ਤੁਸੀਂ ਉਹ ਸਮੇਂ ਚੋਂ ਲੰਘੇ ਹੋ? ਨਹੀਂ ਭੁੱਖ ਲੱਗੀ ਵੀਰੇ ਤਾਂ ਦਰਦ ਖਾਂਦਾ ਪ੍ਰਬੰਧ ਕਰੋ ਬਾਈ। ਨਹੀਂ ਨਹੀਂ ਮਜ਼ਾਕ ਕਰਦਾ, ਸੌਰੀ, ਪਤਾ ਨਹੀਂ ਵੀਰੇ ਕਿਉਂ ਆ ਜੀ ਦਰਦ, ਐਵੇਂ ਮੈਂ ਕਹਿ ਦਵਾਂ ਵੀ ਖਬਰੇ ਮੈਨੂੰ ਤਾਂ ਕੋਈ ਛੱਡ ਕੇ ਚਲ ਗਿਆ, ਕੁਛ ਨਹੀਂ ਆ, ਪਤਾ ਨਹੀਂ ਹੁੰਦਾ ਵੀ ਜੇ ਕੋਈ ਆਪਣਾ ਬ੍ਰੇਕਅਪ ਹੋਊਗਾ ਤਾਂ ਸ਼ਾਇਦ ਤਾਂ ਗਾਉਣ 'ਚ ਵੀ ਦਰਦ ਆਊਗਾ, ਲਿਖਣ 'ਚ ਵੀ ਦਰਦ ਆਊਗਾ। ਜ਼ਿੰਦਗੀ ਯੂਨੋ ਇੱਕ ਮੇਲਾ ਆ, ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ, ਹੈ ਨਾ? ਜਿਹੜਾ ਬੰਦਾ ਤੁਹਾਡੀ ਜ਼ਿੰਦਗੀ 'ਚ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਆ, ਭਾਵੇਂ ਤੁਹਾਡਾ ਮਾਂ ਬਾਪ ਆ, ਸਕਾ ਤੁਹਾਡਾ, ਭੈਣ ਭਰਾ ਆ, ਜਿਹੜਾ ਮਰਜ਼ੀ ਆ। ਜੇ ਆਪਾਂ ਉੱਧਰਲੀ ਗੱਲ ਕਰੀਏ, ਜੇ ਕਈ ਵਾਰ ਜਿਹੜੇ ਟੈਂਪਰੇਰੀ ਲੋਕ ਜਿਹੜੇ ਸਾਨੂੰ ਮਿਲਦੇ, ਜਿੱਦਾਂ ਅਸੀਂ ਤੁਰੇ ਫਿਰਦੇ ਹਾਂ, ਇਸ਼ਕ ਮੁਹੱਬਤ ਦੀਆਂ ਗੱਲਾਂ ਜੇ ਕਰ ਲਈਏ, ਹੈ ਨਾ, ਮੈਂ ਅਕਸਰ ਸਟੇਜ 'ਤੇ ਇਹ ਕਹਿੰਦਾ ਹੁੰਦਾ ਵੀ ਯਾਰ ਆਹ ਨਵੀਂ ਨਵੀਂ ਉਮਰ 'ਚ ਯਾਰੀ ਲਾ ਕੇ ਅਤੇ ਜਦੋਂ ਅਗਲੀ ਛੱਡ ਕੇ ਬਾਹਰ ਨੂੰ ਤੁਰ ਜਾਂਦੀ ਹੈ ਜਾਂ ਕਿਤੇ ਆਪਣੇ ਗਾਂਹ ਨੂੰ ਚੱਲਦੀ ਬਣਦੀ ਕਿਤੇ ਹੋਰ ਬੈਟਰ, ਹਰੇਕ ਨੇ ਆਪਣੀ ਆਪਣੀ ਜ਼ਿੰਦਗੀ ਦਾ ਸੋਚਣਾ ਸਰ, ਕਿਸੇ ਨੇ ਤੁਹਾਡਾ ਠੇਕਾ ਨਹੀਂ ਲਿਆ, ਸਿੱਧੀ ਸਿੱਧੀ ਜੀ ਗੱਲ, ਹੈ ਨਾ? ਅਗਲਾ ਤਾਂ ਆਪਣਾ ਕੰਮ ਕਰਕੇ ਆ ਗਿਆ, ਤੁਸੀਂ ਐਵੇਂ ਬਾਹਾਂ ਵੱਢਦੇ ਫਿਰਦੇ, ਤੁਸੀਂ ਦਿਮਾਗ ਖਰਾਬ ਕੀਤਾ ਫਾਲਤੂ ਦਾ, ਨਸ਼ੇ ਕਰੀ ਜਾਂਦੇ ਹਾਂ, ਊਟ ਪਟਾਂਗ ਹਰਕਤਾਂ ਕਰੀ ਜਾਂਦੇ ਹਾਂ, ਘਰਦਿਆਂ ਨੂੰ ਟਿੱਚ ਜਾਣਦੇ ਹਾਂ, ਹੈ ਨਾ? ਤਾਂ ਇਸ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਕੋਈ ਚਲਾ ਗਿਆ, ਨੈਵਰ ਲੁੱਕ ਬੈਕ, ਵੀ ਜਾਣ ਦਿਉ ਉਹਨੂੰ ਵੀ ਛੱਡ ਪਰੇ, ਠੀਕ ਆ, ਤੇਰਾ ਜਿੰਨਾ ਸੀ ਤੂੰ ਆਪਣਾ ਰੋਲ ਨਿਭਾਇਆ, ਤੂੰ ਜਾ ਰਿਹਾ ਸੱਜਣਾ, ਓਕੇ ਆ। ਥੋੜ੍ਹੀ ਦੇਰ ਲਈ ਉਹ ਆਪਾਂ ਨੂੰ ਚੇਤੇ ਆ ਸਕਦਾ, ਥੋੜ੍ਹੀ ਦੇਰ ਲਈ ਆਪਾਂ ਤੰਗ ਦੇ, ਪਰ ਇੱਕ ਪੁਆਇੰਟ 'ਤੇ ਆ ਕੇ ਤੁਹਾਨੂੰ ਮੂਵ ਔਨ ਹੋ ਜਾਣਾ ਚਾਹੀਦਾ, ਐਂਡ ਫਿਰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ। ਹਾਂ, ਆਪਾਂ ਉਸ ਚੀਜ਼ ਨੂੰ ਫੜ ਕੇ ਬੈਠੇ ਰਹੀਏ ਕਿ ਯਾਰ ਭਾਜੀ ਮੈਨੂੰ ਤਾਂ ਫਲਾਣੇ ਨੇ ਕਿਸੇ ਨੇ ਛੱਡਤਾ ਸੀ, ਉਹਨਾਂ ਦਾ ਹੀ ਬਸ ਦਰਦ ਆ ਭਾਜੀ, ਤਾਂ ਹੀ ਬਸ ਦੁੱਖ ਲੱਗ ਜਾਂਦਾ। ਅੱਜ ਕੱਲ੍ਹ ਇੱਦਾਂ ਦੇ ਆਸ਼ਕ ਟਾਵੇਂ ਟਾਵੇਂ ਮਿਲਦੇ ਆ, ਵਫਾਦਾਰ ਸੀ, ਅੱਜ ਦੇ ਆਸ਼ਕ ਸਿਆਣੇ, ਹੁਣ ਬਾਹਰ ਕੋਈ ਸਿਆਣਾ ਹੋ ਗਿਆ ਭਾਜੀ, ਹਰ ਕਿਸੇ ਨੂੰ
ਪਤਾ ਹੈ ਵੀ ਠੀਕ ਹੈ ਚੱਲਦੇ ਬਣੋ ਆਪਣਾ ਕੰਮ ਕਰੋ ਜ਼ਿੰਦਗੀ 'ਚ ਹੋਰ ਬਹੁਤ ਚੀਜ਼ਾਂ ਇੰਪੋਰਟੈਂਟ ਨੇ। ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੇਰਾ ਗਾਣਾ ਹੈ, ਮੇਰਾ ਮਿਊਜ਼ਿਕ ਹੈ ਨਾ, ਮੇਰਾ ਪਰਿਵਾਰ ਹੈ, ਕੋਈ ਤੀਜਾ ਬੰਦਾ ਐਵੇਂ ਫਾਲਤੂ ਠੀਕ ਹੈ ਕਿਸੇ ਦੀ ਟੈਨਸ਼ਨ ਇੰਨੀ ਨਹੀਂ ਲਈਦੀ। ਵਧੀਆ ਗੱਲ ਹੁੰਦੀ ਹੈ, ਬੜਾ ਰਹਿੰਦਾ ਸਿਸਟਮ। ਬ੍ਰੇਕਅਪ ਹੋਇਆ ਤਾਂ ਮੁਹੱਬਤ ਖਤਮ ਹੋ ਗਈ, ਤੁਹਾਨੂੰ ਲੱਗਦਾ ਕਿ ਬ੍ਰੇਕਅਪ ਤੋਂ ਬਾਅਦ ਸਭ ਕੁਝ ਏਦਾਂ ਨਹੀਂ ਹੁੰਦਾ? ਤੂੰ ਨਹੀਂ ਤੇ ਕੋਈ ਹੋਰ ਸਹੀ, ਹੋਰ ਨਹੀਂ ਤੇ ਕੋਈ ਹੋਰ ਸਹੀ, ਇਹ ਤਾਂ ਚਲੋ ਕਹਿਣ ਦੀ ਗੱਲ ਹੈਗੀ ਆ, ਕਈ ਇਸ ਸਿਧਾਂਤ ਤੇ ਵੀ ਚੱਲਦੇ ਆ ਤੇ, ਪਰ ਮੈਨੂੰ ਏਦਾਂ ਲੱਗਦਾ ਹੈ ਵੀ ਇੱਕ ਵਾਰ ਜਿਹੜੇ ਬੰਦੇ ਨੂੰ ਤੁਸੀਂ ਦਿਲ 'ਚ ਬਿਠਾ ਲੈਂਦੇ ਹੋ, ਮਨ 'ਚ ਵਸਾ ਲੈਂਦੇ ਹੋ, ਉਹ ਕਿਤੇ ਨਾ ਕਿਤੇ ਉਹਦਾ ਅੰਸ਼ ਤਾਂ ਰਹਿੰਦਾ ਹੀ ਹੈ। ਜਦੋਂ ਵੀ ਕਿਤੇ ਉਹ ਗੱਲ ਛਿੜਦੀ ਆ, ਉਹ ਤਾਂ ਜ਼ਿਕਰ ਚੱਲਦਾ ਉਸ ਬੰਦੇ, ਉਸ ਇਨਸਾਨ ਬਾਰੇ ਜਾਂ ਉਸ ਸਿਲਸਿਲੇ ਬਾਰੇ ਵੀ। ਯਾਰ ਤੁਹਾਨੂੰ ਤੁਹਾਡੀ ਜ਼ਿੰਦਗੀ 'ਚ ਕਦੇ ਕੋਈ ਇੱਦਾਂ ਆਇਆ, ਕੋਈ ਇੱਦਾਂ ਚਲਿਆ ਗਿਆ? ਤਾਂ ਹੁਣ ਮੈਂ ਗੱਲ ਕਰਾਂ ਵੀ ਠੀਕ ਹੈ, ਆਪਾਂ ਜਿੰਨੇ ਕੁ ਜਾਣੇ ਇਸ ਰੂਮ ਦੇ ਵਿੱਚ ਬੈਠੇ ਹਾਂ, ਤਾਂ ਮੈਨੂੰ ਲੱਗਦਾ ਆਲਮੋਸਟ ਹਰ ਬੰਦੇ ਦੇ ਦਿਲ ਦੀ ਇਹੀ ਸੋਚ ਹੋਣੀ ਰਾਈਟ ਨਾ ਵੀ ਠੀਕ ਹੈ ਯਾਰ, ਆਇਆ ਸੀ ਕੋਈ ਬੰਦਾ ਉਸ ਟਾਈਮ 'ਤੇ ਆਪਾਂ ਨੂੰ ਰੱਜ ਕੇ ਆਪਣੇ ਵੱਲੋਂ ਉਹਨੂੰ ਪੂਰਾ 100% ਦਿੱਤਾ, ਹੁਣ ਨਹੀਂ ਸੀਗਾ ਉਹਦੇ ਨਾਲ ਸੰਯੋਗ ਨਹੀਂ ਸੀ, ਪਹਿਲੀ ਗੱਲ ਇਹ ਕਹਿ ਲਓ। ਦੂਜੀ ਗੱਲ ਇਹ ਕਹਿ ਲਓ ਵੀ ਹਾਂ ਅਗਲੇ ਵੱਲੋਂ ਨਹੀਂ ਸੀ ਤੇ ਸਤਿ ਸ਼੍ਰੀ ਅਕਾਲ, ਫਿਰ ਠੀਕ ਹੈ ਗੱਲ, ਹੁਣ ਮਰ ਥੋੜ੍ਹੀ ਨਾ ਜਾਣਾ। ਖੂਬਸੂਰਤ ਯਾਦਾਂ ਹੋਣੀਆਂ ਚਾਹੀਦੀਆਂ ਨੇ। ਤੁਸੀਂ ਕਿਸੇ ਨੂੰ ਯਾਦ ਕਰੋ ਤਾਂ ਸਿਰਫ ਚੰਗੀਆਂ ਗੱਲਾਂ ਲਈ ਯਾਦ ਕਰੋ, ਇਹ ਨਾ ਕਹੋ ਕਿ ਵੀ ਹਾਂ ਉਹਨੇ ਇੱਦਾਂ ਕੀਤਾ। ਉਹਦੀ ਐਟਲੀਸਟ ਨੈਗੇਟਿਵਿਟੀ, ਤੁਸੀਂ ਨੈਗੇਟਿਵਿਟੀ ਨੂੰ ਫੜ ਕੇ ਰੱਖਦੇ ਹੋ ਤੇ ਉਹ ਤੁਹਾਨੂੰ ਉਹਨਾਂ ਹੀ ਬਾਦਰ ਕਰਦੀ ਹੈ, ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀ, ਹੈਨਾ? ਬਿਲਕੁਲ, ਉਹ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਆ, ਬਹੁਤ ਕਾਮਨ ਹੋ ਗਈ ਹੁਣ ਤਾਂ ਬਈ, ਜੇ ਤੁਸੀਂ ਇੱਕ ਜੋਕ ਤੇ ਵਾਰ ਵਾਰ ਹੱਸ ਨਹੀਂ ਸਕਦੇ ਸੇਮ ਤੇ, ਤੇ ਤੁਸੀਂ ਸੇਮ ਤਕਲੀਫ ਤੇ ਵਾਰ ਵਾਰ ਰੋਣ ਕਿਉਂ ਲੱਗ ਪੈਂਦੇ? ਬਹੁਤ ਸੋਹਣੀ ਗੱਲ ਵੀਰੇ, ਸੱਚੀ ਹੈ ਫਿਰ ਤੁਹਾਨੂੰ, ਹੈਨਾ? ਤਾਂ ਇਸ ਕਰਕੇ ਮੈਨੂੰ ਲੱਗਦਾ ਹੈਗਾ ਵੀ ਹਾਂ ਬਈ, ਚੱਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੈ ਭਾਜੀ, ਤੇ ਅੱਗੇ ਨੂੰ ਵਧਣਾ ਚਾਹੀਦਾ, ਕੋਈ ਗੱਲ ਨਹੀਂ, ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ, ਕੋਈ ਮਸਲਾ ਨਹੀਂ। ਜਿਹਨੇ ਰੁਕਣਾ ਹੁੰਦਾ ਤੁਹਾਡੀ ਜ਼ਿੰਦਗੀ 'ਚ, ਉਹਨੇ ਕਿਵੇਂ ਵੀ ਰੋਕੀ ਜਾਣਾ ਹੁੰਦਾ, ਉਹ ਜਾਂਦਾ ਨਹੀਂ, ਤੁਸੀਂ ਜਿੰਨਾ ਮਰਜ਼ੀ ਉਹਨੂੰ ਭਜਾ ਲਓ, ਹੈਨਾ, ਉਹਦੇ ਨਾਲ ਜਿੰਨਾ ਮਰਜ਼ੀ ਮਾੜਾ ਕਰ ਲਓ, ਉਹ ਸਟੇਬਲ ਰਹਿੰਦਾ ਤੁਹਾਡੀ ਜ਼ਿੰਦਗੀ 'ਚ ਵੀ ਨਹੀਂ ਯਾਰ, ਮੈਂ ਤੇਰੇ ਨਾਲ ਹੀ ਰਹਿਣਾ। ਜਿਹਨੇ ਨਹੀਂ ਰਹਿਣਾ ਹੁੰਦਾ, ਤੁਸੀਂ ਜਿੰਨਾ ਮਰਜ਼ੀ ਉਹਨੂੰ ਰੋਕ ਲਓ, ਉਹਨੇ ਜਾਣਾ ਹੀ ਜਾਣਾ, ਉਹਨੇ ਜਾਣਾ ਹੀ ਜਾਣਾ, ਕਿਸੇ ਨੂੰ ਬਾਹਰ ਨਹੀਂ ਰੱਖ ਸਕਦਾ। ਜਿਹਨੇ ਜਾਣਾ ਹੀ, ਜਿਹੜਾ ਚਲਾ ਹੀ ਗਿਆ, ਫਿਰ ਉਹਨੂੰ ਜਾਣ ਦਿਓ, ਉਹਨੂੰ ਕਹੇ ਵੀ ਠੀਕ ਹੈ, ਤੁਸੀਂ ਉਹਨੂੰ ਖਿਆਲਾਂ 'ਚ ਵੀ ਕਿਉਂ ਫੜ ਕੇ ਰੱਖਿਆ ਹੋਇਆ, ਨਾ ਤੁਸੀਂ ਆਪ ਅੱਗੇ ਵੱਧ ਰਹੇ ਹੋ, ਠੀਕ ਹੈ, ਅਤੇ ਚਲੋ ਅਗਲਾ ਤਾਂ ਜਿਹੜਾ ਉਹਨੇ ਤਾਂ ਜਿੱਥੇ ਜਾਣਾ ਸੀ ਤਾਂ ਪਹੁੰਚ ਗਿਆ, ਤੁਸੀਂ ਆਪਣੇ ਆਪ ਨੂੰ ਕਿਉਂ ਰੋਕ ਕੇ ਰੱਖਿਆ? ਉਹ ਵੀ ਕਿਸੇ ਐਸੇ ਇਨਸਾਨ ਲਈ ਜਿਹਨੇ ਤੁਹਾਡੀ ਕਦਰ ਨਹੀਂ ਕੀਤੀ। ਕਦਰ ਨਹੀਂ, ਬਹੁਤ ਸੋਹਣੀ ਗੱਲ, ਸਿੰਪਲ। ਅੱਛਾ, ਰਣਵੀਰ ਨਾ ਬਹੁਤੇ ਕਹਿੰਦੇ ਆ ਵੀ ਰਣਵੀਰ ਇੱਕ ਸੂਫੀ ਕਲਾਕਾਰ ਆ, ਇਸ ਚੀਜ਼ ਨੂੰ ਤੁਸੀਂ ਕੰਪਲੀਮੈਂਟ ਲੈਂਦੇ ਹੋ? ਨਹੀਂ, ਸੂਫੀ ਅੱਜ ਦੇ ਟਾਈਮ 'ਚ ਇਹ ਵੀ ਹੈ, ਇੱਕ ਅਸੀਂ ਡਿਵਾਈਡ ਵੀ ਕਰ ਦਿੰਦੇ ਨਾ, ਹਾਂਜੀ, ਇਹ ਸੂਫੀ ਕਲਾਕਾਰ ਹੈ, ਕਮਰਸ਼ੀਅਲ ਕਲਾਕਾਰ ਆ। ਉਹ ਭਾਜੀ, ਇਹਨਾਂ ਚੀਜ਼ਾਂ ਦੀ ਕੋਈ ਪਰਿਭਾਸ਼ਾ ਨਹੀਂ ਹੈਗੀ ਸੱਚੀ, ਹਰੇਕ ਦਾ ਆਪੋ ਆਪਣਾ ਯੂਨੋ ਸਿਸਟਮ ਬਣਾਇਆ ਹੋਇਆ ਵੀ ਯਾਰ, ਇਹ ਸੂਫੀਜ਼ਮ ਹੋ ਗਿਆ, ਇਹ ਕਮਰਸ਼ੀਅਲ ਹੋ ਗਿਆ, ਇਹ ਨੋਨ ਕਮਰਸ਼ੀਅਲ ਹੋ ਗਿਆ, ਕੀ ਹੈਗਾ ਇਹ, ਮੈਨੂੰ ਤਾਂ ਪੱਲੇ ਨਹੀਂ ਪਿਆ ਗੱਲ। ਮੇਰੇ ਨਾਮ ਨਾਲ ਜੇ ਚਲੋ, ਬਹੁਤ ਮੈਂ ਇਸ ਸ਼ਬਦ ਨੂੰ ਮੈਂ ਵੱਡਾ ਮੰਨਦਾ, ਕਿਉਂਕਿ ਗਾਇਕ ਬਣਨਾ ਕਮਰਸ਼ੀਅਲ ਉੱਦਾਂ ਦੀਆਂ ਚੱਕਵੀਆਂ ਚੱਕ ਲਓ ਰੱਖ ਲਓ ਨਹੀਂ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਵੀਰੇ, ਕੋਈ ਵੱਡਾ ਕੰਮ ਨਹੀਂ, ਕੋਈ ਤੀਰ ਨਹੀਂ ਮਾਰਨਾ, ਗੱਲ ਇਹ ਹੈਗੀ ਵੀ ਕੰਮ ਦੀ, ਰੱਬ ਦੀ ਜਾਂ ਸੂਫੀਜ਼ਮ ਦੀ ਤੁਸੀਂ ਗੱਲ ਕਰਕੇ ਦਿਖਾਓ, ਫਿਰ ਗੱਲ ਮੰਨੀ। ਤਾਂ ਉਹ ਇੱਕ ਵੱਡੀ ਚੀਜ਼ ਹੈ ਮੇਰੇ ਨਾਮ ਨਾਲ ਜਿਹੜੀ ਤੁਸੀਂ ਅੱਜ ਜੋੜ ਦਿੱਤੀ, ਮੈਨੂੰ ਲੱਗਦਾ ਹੈਗਾ ਵੀ ਮੈਨੂੰ ਵਧੀਆ ਲੱਗਿਆ ਇਹ ਸੁਣ ਕੇ ਵੀ ਸੂਫੀ ਕਲਾਕਾਰ ਜੇ ਤੁਸੀਂ ਕਿਤੋਂ ਸੁਣਿਆ, ਹੈ ਨਾ? ਮੈਂ ਨਹੀਂ ਆਪਣੇ ਆਪ ਨੂੰ ਮੰਨਦਾ ਹਾਲੇ, ਕਿਉਂਕਿ ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਸਾਰੀਆਂ ਗਲਤੀਆਂ ਨੇ ਜਿਹੜੀਆਂ ਮੈਂ ਗਾਉਣ 'ਚ ਕਰਦਾ, ਬੋਲਣ 'ਚ ਕਰਦਾ, ਸੋਚਣ 'ਚ ਕਰਦਾ, ਠੀਕ ਹੈ, ਮੈਂ ਅੰਦਰੋਂ ਬਾਹਰੋਂ ਹਾਲੇ ਇੱਕੋ ਜਿਹਾ ਮੈਨੂੰ ਲੱਗਦਾ ਨਹੀਂ ਮੈਂ ਹੋ ਪਾਇਆ, ਕਿਤੇ ਨਾ ਕਿਤੇ ਹਾਲੇ ਉਹ ਵੈਰ ਵਿਰੋਧ ਈਰਖਾ ਆ ਜਾਂਦੀ ਹੈ। ਸੂਫੀਜ਼ਮ ਉੱਥੇ ਹੁੰਦਾ ਜਿੱਥੇ ਸਾਡਾ ਮਨ 'ਚ ਕੋਈ ਨੈਗੇਟਿਵਿਟੀ, ਕੋਈ ਨੈਗੇਟਿਵ ਭਾਵ ਹੁੰਦਾ ਹੀ ਨਹੀਂ, ਭਾਵੇਂ ਤੁਹਾਨੂੰ ਕੋਈ ਵੱਟੇ ਮਾਰੀ ਜਾਵੇ। ਸੂਫੀ ਹੋਣਾ ਬਹੁਤ ਵੱਡੀ ਗੱਲ ਹੈ ਮੈਨੂੰ ਲੱਗਦਾ ਆਪਣੇ ਆਪ 'ਚ, ਇੱਕ ਬਹੁਤ ਸਾਰੇ ਕਲਾਕਾਰ ਆ ਸੂਫੀ ਉੱਪਰੋਂ ਉੱਪਰੋਂ ਹੈਗੇ ਆ, ਪਰ ਗੱਲ ਇਹ ਹੈਗੀ ਵੀ ਅੰਦਰ 'ਚ ਆ ਕੇ ਤਾਂ ਦੇਖੀਏ ਵੀ ਆਪਾਂ ਕੀ ਹਾਂ।
ਬਹੁਤ ਸੋਹਣੀ ਗੱਲ ਕਹੀ ਤੁਸੀਂ ਉੱਪਰ ਉੱਪਰ ਸੂਫੀ ਆਪਾਂ ਆਪਾਂ ਅੰਦਰ ਤਾਂ ਚੱਕ ਦੇਖੀ ਵੀ ਆਪਾਂ ਕੀ ਹੈ ਨਾ, ਅਸੀਂ ਸਟੇਜ ਤੇ ਜਾ ਕੇ ਉੱਥੇ ਉੱਦਾਂ ਬਣ ਜਾਂਦੇ ਹਾਂ, ਉਦੋਂ ਬਾਅਦ ਅਸੀਂ ਕੁਛ ਹੋਰ ਹੀ ਹੁੰਦੇ ਹਾਂ। ਇਹ ਹੁੰਦਾ ਵੀ ਮਨ ਦੇ ਬੰਦੇ ਹਾਂਜੀ ਹਾਂਜੀ ਬਹੁਤ ਸਾਰੇ ਹੁੰਦੇ ਆ, ਬਹੁਤ ਸਾਰੀਆਂ ਯੂ ਨੋ ਜ਼ਿੰਦਗੀ 'ਚ ਇੱਦਾਂ ਦੀਆਂ ਮੈਂ ਚੀਜ਼ਾਂ ਦੇਖੀਆਂ ਵੀ ਯਾਰ ਅੱਛਾ ਵੀ ਇਹ ਤਾਂ ਇੱਦਾਂ ਲੱਗਦਾ ਸੀਗਾ ਇੱਦਾਂ ਨਹੀਂ ਹੈਗਾ, ਤੇ ਪਰ ਬਹੁਤ ਸਾਰੇ ਕੰਮ ਹੈ ਨਾ। ਮੈਂ ਆਪ ਦੀ ਵੀ ਮੈਂ ਗੱਲ ਕਰਾਂ, ਮੈਂ ਕਿਸੇ ਨੂੰ ਕਾਹਨੂੰ ਕਹਿਣਾ ਯਾਰ, ਪਹਿਲਾਂ ਮੈਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਦਾ ਤੁਹਾਡੇ ਮੂਹਰੇ ਵੀ ਭਾਜੀ ਬਹੁਤ ਵਾਰੀ ਇੱਦਾਂ ਹੁੰਦਾ, ਹੁਣ ਪਿੱਛੇ ਜੇ ਇੱਕ ਦਿਨ ਸਟੇਜ 'ਤੇ ਖੜੇ ਮੇਰੇ ਤੋਂ ਗੱਲ ਨਿਕਲ ਗਈ, ਹੋ ਜਾਂਦਾ ਇੱਦਾਂ ਹੋ ਜਾਂਦਾ ਯਾਰ। ਹੁਣ ਮੇਰੀ ਆਦਤ ਹੈ ਨਾਰਮਲੀ ਹੈ ਨਾ, ਮੈਂ ਮੀਨ ਨਹੀਂ ਕਰਦਾ, ਮੈਂ ਕਦੇ ਵੀ ਕਿਸੇ ਨੂੰ ਗੱਲ ਕੱਢਣ ਦਾ ਹੋ ਰਹੀ ਹੈ ਨਾ, ਐਵੇਂ ਜਿੱਦਾਂ ਆਪਣਾ ਪੰਜਾਬੀਆਂ ਦੇ ਉਹ ਬਣਾਏ ਹੋਏ ਹੈ ਨਾ, ਤੇ ਉਹ ਆਪਣੀ ਆਪਣੀ ਸੋਚ ਹੈ। ਕਈ ਬੰਦੇ ਉਹਨੂੰ ਲਾਈਟ ਲੈ ਜਾਂਦੇ ਵੀ ਯਾਰ ਕੋਈ ਚੱਕਰ ਨਹੀਂ, ਕਈ ਤਾਂ ਇੱਦਾਂ ਵੀ ਕਹਿੰਦੇ ਆਪਣੇ ਵਾਲਾ ਬੰਦਾ ਹੀ ਆ ਯਾਰ ਜੀ ਗਾਲ ਕੱਢਦੀ ਆਪਣੇ ਵਰਗਾ ਆਪਣੇ ਵਰਗਾ ਹੀ ਆ। ਮੈਂ ਇਹ ਮੰਨਦਾ ਵੀ ਜਿਹੜਾ ਬੰਦਾ ਤੁਹਾਡੇ ਨਾਲ ਤੁਹਾਨੂੰ ਗਾਲ ਕੱਢ ਕੇ ਜਾਂ ਤੁਹਾਨੂੰ ਗੱਲ ਪੈ ਕੇ ਗੱਲ ਕਰਦਾ ਉਹ ਦਿਲ ਦਾ ਸਾਫ਼ ਹੈ, ਦਿਲ ਦਾ ਸਾਫ਼ ਹੈ। ਬਾਕੀ ਜਿਹੜਾ ਬਾਹਲਾ ਮਿੱਠਾ ਪਿਆਰਾ ਹੈਗਾ ਜਿਹੜਾ ਭਾਜੀ ਵੀਰ ਜੀ ਕਰਦਾ ਤੇ ਇੱਦਾਂ ਹੈਦਾ ਉਹ ਮਿੱਠਾ ਉਹ ਤੁਹਾਨੂੰ ਅੱਜ ਵੀ ਮਾਰੂਗਾ ਤੁਹਾਨੂੰ ਕੱਲ੍ਹ ਵੀ ਮਾਰੂਗਾ, ਯਾਦ ਰੱਖਿਓ। ਜਿਹੜਾ ਬੰਦਾ ਤੁਹਾਨੂੰ ਨਿੱਕੀ ਜੀ ਗੱਲ ਤੇ ਤੁਹਾਨੂੰ ਡਾਂਟ ਸਕਦਾ ਜਾਂ ਤੁਹਾਡੇ ਨਾਲ ਲੜ ਸਕਦਾ ਵੀ ਯਾਰ ਤੂੰ ਕਮਾਲ ਕਰਦਾ ਯਾਰ ਇੱਦਾਂ ਥੋੜੀ ਹੁੰਦਾ ਹਨਾ, ਜਾਂ ਤੂੰ ਐਂ ਕਿਵੇਂ ਕਹਿਤਾ ਜੋ ਵੀ ਹੈ, ਤਾਂ ਉਹ ਇਹਦਾ ਮਤਲਬ ਬੰਦਾ ਦਿਲੋਂ ਤੁਹਾਡੇ ਨਾਲ ਤੇ ਉਹ ਤੁਹਾਡੇ ਨਾਲ ਰੱਖਣਾ ਚਾਹੁੰਦਾ, ਤੁਹਾਡੇ ਨਾਲ ਚੱਲਣਾ ਚਾਹੁੰਦਾ ਲੰਬਾ। ਬਾਕੀ ਇੱਕ ਵੀਰੇ ਮੈਂ ਤੁਹਾਡੇ ਤੋਂ ਗੱਲ ਪੁੱਛਣੀ ਚਾਹੁੰਦਾ, ਮੈਂ ਸੋਰੀ ਕਹਿੰਦਾ ਸ਼ਾਇਦ ਤੁਹਾਨੂੰ ਇਹ ਗੱਲ ਚੰਗੀ ਨਾ ਲੱਗੇ, ਅੱਜ ਦੇ ਟਾਈਮ ਤੁਹਾਨੂੰ ਲੱਗਦਾ ਨਹੀਂ ਇਹ ਚੀਜ਼ ਵੀ ਡਿਵਾਈਡ ਕਰਤੀ ਯਾਰ, ਇਹ ਕਲਾਕਾਰ ਨਾ ਡੇਰਿਆਂ 'ਚ ਗਾਉਣ ਵਾਲੇ ਆ, ਇਹਨਾਂ ਦਾ ਵਰਜਨ ਸਾਡਾ ਤੇ ਸਾਡਾ ਅਲੱਗ। ਮੈਂ ਇਹ ਵੀ ਗੱਲ ਤੁਹਾਡੀ ਠੀਕ ਹੈ, ਜਿੱਦਾਂ ਮੇਰਾ ਗਾਣਾ ਕਦੇ ਤੋਂ ਤਾਂ ਆਵੇਗਾ ਸੈਡ ਹਿੱਟ ਹੋਇਆ ਹੈ ਨਾ, ਮੈਨੂੰ ਮੋਸਟਲੀ ਜਿੰਨੀਆਂ ਕੰਪਨੀਆਂ ਨਾਲ ਗੱਲ ਹੁੰਦੀ ਹੈ ਉਹਨਾਂ ਕਹਿੰਦੇ ਭਾਜੀ ਸੈਡ ਗਾਣਾ ਦਿਓ ਕੋਈ, ਮੈਂ ਕਿਹਾ ਮੇਰਾ ਬੀਟ ਸੁਣ ਤੇ ਲਓ ਮੈਂ ਉਹ ਵੀ ਗਾਉਂਦਾ, ਐਡੀ ਨਹੀਂ ਗੱਲ ਹੈ ਨਾ, ਪਰ ਨਹੀਂ ਇਹ ਉਹੀ ਤੁਹਾਡੀ ਗੱਲ ਵੀ ਤਕੜੀ ਤੋਲ ਦਿੱਤਾ ਜਾਂਦਾ ਵੀ ਯਾਰ ਇਹ ਮੇਲੇ ਤੇ ਗਾਉਂਦੇ ਆ, ਮੇਲੇ ਵਾਲਾ ਕਲਾਕਾਰ ਆ ਇੱਦਾਂ ਹੈਗੇ ਸਾਲਿਓ, ਸਭ ਤੋਂ ਔਖਾ ਆ ਮੇਲੇ 'ਚ ਗਾਉਣਾ, ਸਭ ਤੋਂ ਔਖਾ ਆ ਮੇਲੇ 'ਚ ਗਾਉਣਾ, ਕਿਉਂਕਿ ਸਾਹਮਣੇ ਵਾਲੇ ਦਾ ਪਤਾ ਕੋਈ ਨਹੀਂ ਤੁਹਾਨੂੰ ਕਦੋਂ ਕੰਨੋਂ ਪੜ ਲਵੇ, ਤੂੰ ਆਹ ਗੱਲ ਇੱਦਾਂ ਕਿਵੇਂ ਕਹੀ ਬਾਈ। ਸਹੀ ਗੱਲ ਹੈ, ਜਿਹੜਾ ਕੋਈ ਸੁਣਨ ਵਾਲਾ ਜੱਜ ਕਰਨ ਵਾਲੇ ਬੰਦੇ ਨੋ ਡਾਊਟ ਬਾਬੇ ਜਿਹੜੇ ਐਕਚੁਅਲ 'ਚ ਬਾਬੇ ਜਿਹੜੇ ਐਕਚੁਅਲ 'ਚ ਫਕੀਰ ਹੈਗੇ ਬਹੁਤ ਥੋੜ੍ਹੇ ਹੀ ਆ ਹੁਣ ਤਾਂ ਵੈਸੇ ਐਵੇਂ ਆਪਾਂ ਕਹਿ ਦਈਏ, ਤੇ ਪਰ ਜਿਹੜੇ ਉਹ ਹੈਗੇ ਆ ਉਹਨਾਂ ਨੂੰ ਸੁਣਨ ਦਾ ਪਤਾ ਹੈ, ਤੇ ਉਹਨਾਂ ਨੂੰ ਗੱਲ ਦਾ ਵੀ ਪਤਾ ਵੀ ਜਦੋਂ ਅਸੀਂ ਕੋਈ ਗੱਲ ਉੱਥੇ ਕਰਦੇ ਹਾਂ ਸਟੇਜ 'ਤੇ ਖੜ ਕੇ ਤਾਂ ਉਹ ਇਹ ਨਹੀਂ ਪਤਾ ਵੀ ਉਹਨੇ ਕਿਹੜੀ ਗੱਲ 'ਤੇ ਅਵਲੇਵਾਂ ਪਾ ਲੈਣਾ ਵੀ ਆਹ ਮੈਨੂੰ ਪਹਿਲਾਂ ਇਸ ਗੱਲ ਦਾ ਜਵਾਬ ਦੇ ਤੂੰ ਵੀ ਇਹ ਤੂੰ ਗੱਲ ਕਿਵੇਂ ਬੋਲੀ, ਤੂੰ ਆਹ ਗੱਲ ਆਹ ਕਹੀ ਆ ਇਹ ਦੱਸ ਮੈਨੂੰ ਕਹਾਣੀ ਸੁਣਾ ਕੀ ਸੀ। ਤੁਸੀਂ ਜੇ ਸੂਫੀ ਗਾਣਾ ਕੋਈ ਗਾਉਣਾ ਤੁਹਾਨੂੰ ਐਟਲੀਸਟ ਕਿੱਸਾ ਪਤਾ ਤਾਂ ਹੋਣਾ ਚਾਹੀਦਾ, ਤੁਸੀਂ ਬੁੱਲੇ ਸ਼ਾਹ ਦੀ ਗੱਲ ਕਰੋ ਸਟੇਜ 'ਤੇ ਖੜ ਕੇ, ਤੁਹਾਨੂੰ ਪਤਾ ਤਾਂ ਹੋਵੇ ਬੁੱਲੇ ਸ਼ਾਹ ਕੌਣ ਸੀ, ਉਹਨੇ ਕੀਤਾ ਕੀ ਸੀ, ਉਹਨੇ ਕਿਉਂ ਘੁੰਗਰੂ ਪਾਏ ਸੀ, ਉਹ ਕਿਉਂ ਬੁੜੀਆਂ ਵਾਲਾ ਭੇਸ ਬਣਾ ਕੇ ਨੱਚ ਕੇ ਯਾਰ ਬਣਾਉਣ ਗਿਆ ਸੀ, ਕਾਹਤੋਂ ਕੀਤਾ ਸੀ ਉਹਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਇੱਥੇ ਪਤਾ ਸਾਲਾ ਕਿਸੇ ਨੂੰ ਸ਼ਿਕੋ ਨਹੀਂ ਹੁੰਦਾ, ਗਾਈ ਜਾਂਦੇ ਸਾਰਾ ਕੁਛ ਹੀ ਗਾਈ ਸਾਰਾ, ਤੇ ਇਸ ਕਰਕੇ ਮੈਂ ਕਹਿੰਦਾ ਵੀ ਬੜਾ ਵਧੀਆ, ਕੋਈ ਗੱਲ ਨਹੀਂ ਜੇ ਕਿਸੇ ਨੂੰ ਲੱਗਦਾ ਵੀ ਮੈਂ ਸਿਰਫ ਸੂਫੀ ਵਾਲਾ ਜਾਂ ਮੈਂ ਕੱਲਾ ਮੇਲੇ ਵਾਲਾ ਦਾ ਭਰਾਵਾ, ਮੇਰੇ ਲਈ ਬਹੁਤ ਵੱਡੀ ਗੱਲ ਹੈ ਤੁਹਾਡੀ ਜ਼ਿੰਦਗੀ 'ਚ, ਤੁਸੀਂ ਮੇਰੀ ਜ਼ਿੰਦਗੀ 'ਚ ਸਕੂਨ ਆ ਵੀਰੇ, ਮੈਂ ਕਹਿੰਦਾ ਵੀ ਜਿੰਨਾ ਪਰਮਾਤਮਾ ਨੇ ਮੈਨੂੰ ਦਿੱਤਾ ਮੇਰੀ ਔਕਾਤ ਤੋਂ ਬਹੁਤ ਹੀ ਜ਼ਿਆਦਾ, ਤੇ ਮੈਂ ਬਾਲਿਆਂ ਤੋਂ ਚੰਗਾ, ਬਾਲੀ ਰੇਸ 'ਚ ਆਪਾਂ ਦੌੜਦੇ ਨਹੀਂ, ਬਾਲਿਆਂ ਤੋਂ ਆਪਾਂ ਚੰਗੇ ਹਾਂ, ਇਸ ਕਰਕੇ ਵੀ ਬੜਾ ਸ਼ੁਕਰ ਹੈ ਜਿਹੜਾ ਦਿਨ ਲੰਘੀ ਜਾਂਦਾ ਵਧੀਆ। ਕਿਆ ਬਾਤ ਹੈ। ਅੱਛਾ ਇੱਕ ਚੀਜ਼ ਮੈਂ ਹੋਰ, ਮੈਂ ਤੁਹਾਡੀ ਵੀਡੀਓ ਵੇਖੀ, ਤੁਸੀਂ ਗਾ ਰਹੇ ਹੋ ਪੈਸਿਆਂ ਦਾ ਮੀਂਹ ਵਰਸ ਰਿਹਾ ਜੀ, ਬਹੁਤੇ ਨਾ ਥੱਲੇ ਇੱਦਾਂ ਕਹਿੰਦੇ ਵੀ ਸ਼ਾਇਦ ਇਹ ਇੱਕ ਕਮੈਂਟਡ ਹੁੰਦਾ ਚੀਜ਼, ਸਕ੍ਰਿਪਟਡ ਚੀਜ਼ ਹੁੰਦੀ ਹੈ ਇਹ ਵੀ, ਠੀਕ ਆ ਗਾਓ ਬਾਅਦ ਚ ਬਾਬੇ ਨੂੰ ਮੋੜ ਦਿੰਦੇ, ਬਾਬੇ ਨੂੰ ਮੋੜ ਦਿੰਦੇ, ਕੀ ਹੁੰਦਾ ਵੀ ਇਹ ਠੀਕ ਹੈ। ਮੈਨੂੰ ਸਾਡੇ ਕਈ ਰਿਸ਼ਤੇਦਾਰਾਂ ਦੇ ਫੋਨ ਆਇਆ ਨਾ, ਕਹਿੰਦੇ ਉਹ ਜਿਹੜੇ ਤੇਰੇ ਤੇ ਪੈਸੇ ਸੁੱਟੇ ਤੇ ਉਹ ਫਿਰ ਵਾਪਸ ਲੈ ਲੈਂਦੇ ਆ, ਕਿਉਂ ਵਾਪਸ ਕਿਉਂ ਲੈਣੇ, ਅਰੇ ਕਮਲੇ ਚੱਕਣ ਦਿਆਂਗੇ ਅਗਲੇ ਨੂੰ। ਸਹੀ ਗੱਲ, ਇੱਦਾਂ ਨਹੀਂ ਹੁੰਦਾ ਭਾਜੀ, ਉਹ ਮੈਂ ਗੱਲ ਪਹਿਲਾਂ ਵੀ ਦੱਸ ਕੇ ਹਟਿਆ ਕਿ ਉਹ ਸਦਕਾ ਦਿੰਦੇ ਆ ਉਹ। ਬੇਸਿਕਲੀ ਮੰਨ ਲਓ ਮੈਂ ਤੁਹਾਡੀ ਮਾਂ ਲਈ ਇੱਕ ਗਾਣਾ ਸੁਣਾਵਾਂ, ਤੁਸੀਂ ਮੈਨੂੰ ਖੁਸ਼ ਹੋ ਕੇ ਜੇਬ 'ਚ 500 ਰੁਪਏ ਦੇਵੋ,
ਯਾਰ ਬਾਈ ਯਾਰ ਤਾਂ ਬਹੁਤ ਸੋਹਣੀ ਗੱਲ ਕੀਤੀ, ਮੈਨੂੰ ਲੱਗਿਆ ਮੇਰੀ ਗੱਲ ਹੈ, ਮੇਰੀ ਗੱਲ ਇਸ ਕਰਕੇ ਤਾਂ ਉਹ ਬਖਸ਼ੀਸ਼ ਹੈ ਨਾ ਇੱਕ ਤਰ੍ਹਾਂ ਦਾ, ਜੋ ਜੋ ਮਰਜ਼ੀ ਕਹਿ ਲਓ ਉਹਨੂੰ, ਹੈ ਨਾ, ਤੇ ਕੁਛ ਕਈ ਥਾਵਾਂ ਉਹ ਮੋਸਟਲੀ ਤਾਂ ਅੱਜ ਕੱਲ੍ਹ ਉਹ ਤਾਂ ਦਿਖਾਵੇ ਲਈ ਹੁੰਦਾ ਵੀ ਬਾਬੇ ਨੇ ਬੜਾ ਪੈਸਾ ਸਿੱਟਿਆ ਵੀ, ਹਾਂ ਫਲਾਣੇ ਕਲਾ ਕਰਦੇ ਹੋਰੀ ਚੋਂ ਕੱਢ ਕੱਢ ਕੇ, ਇੱਦਾਂ ਵੀ ਹੁੰਦਾ, ਤੇ ਸਾਰੇ ਤਰ੍ਹਾਂ ਦੇ ਸੌਦੇ ਆ, ਸਾਰੇ ਕਿਤੇ ਹੀ ਹੈਗੇ, ਚੰਗੇ ਵੀ ਆ ਮੰਦੇ ਵੀ ਆ, ਪਰ ਚਲੋ ਸਾਡਾ ਕੰਮ ਚੱਲ ਰਿਹਾ ਮਾਰਾ। ਤੁਹਾਡੇ ਤੁਸੀਂ ਵਾਲੀਆਂ ਪਾਈਆਂ ਨੇ, ਹਾਂਜੀ, ਇਹ ਕੋਈ ਕਾਰਨ ਆ ਜਾਂ ਵੈਸੇ ਹੀ ਤੁਸੀਂ ਉੱਦਾਂ ਵੀ ਸ਼ੌਕ ਵਜੋਂ ਜਿੰਨਾ ਨਿੰਜੇ ਬਾਈ ਹੋਰਾਂ ਨੇ ਪਾਈਆਂ ਸੀ? ਉਹ ਯਾਰ ਦੇਖਣ ਨੂੰ ਇੱਦਾਂ ਲੱਗਦਾ ਹੈ ਨਾ, ਕਿਉਂਕਿ ਜਦੋਂ ਨਿੰਜਾ ਬਾਈ ਆਇਆ, ਚਲੋ ਬਹੁਤ ਸੋਹਣੀਆਂ ਲੱਗਦੀਆਂ ਬਾਈ ਦੇ, ਬਹੁਤ ਸੋਹਣੀਆਂ ਲੱਗਦੀਆਂ, ਪਰਸਨੈਲਿਟੀ ਇੱਦਾਂ ਦੀ ਨੇ ਜੇ ਬਾਈ ਦੀ, ਅਤੇ ਉਹ ਇੱਕਦਮ ਲੋਕਾਂ ਨੂੰ ਲੱਗਾ ਵੀ ਹਾਂ ਵੀ ਲੈ ਵੀ ਇਹ ਟ੍ਰੈਂਡ ਤਾਂ ਨਿੰਜੇ ਨੇ ਚਲਾ ਦਿੱਤਾ। ਹਾਂ, ਇਹ ਵੀ ਆਪਾਂ ਕਰਨ ਲੱਗੇ, ਇੱਦਾਂ ਨਹੀਂ ਹੈਗਾ ਭਾਅ ਜੀ, ਇਹ ਤਾਂ ਬਹੁਤ ਦੇਰ ਦੀਆਂ ਚੱਲਦੀਆਂ ਆਉਂਦੀਆਂ, ਪਹਿਲਾਂ ਵੀ ਬਹੁਤ ਸਾਰੇ ਕਲਾਕਾਰਾਂ ਨੇ ਪਾਈਆਂ ਹੋਈਆਂ ਸੀ, ਉਹ ਵੱਖਰੀ ਗੱਲ ਆ ਵੀ ਇੱਕ ਚੀਜ਼ ਇੱਕ ਪੁਆਇੰਟ 'ਤੇ ਆ ਗਈ, ਜਿਵੇਂ ਹੁਣ ਮੈਂ ਕਹਾਂ ਵੀ ਯਾਰ ਉਹ ਆਹ ਕਦੇ ਤਾਂ ਤੁਹਾਨੂੰ ਇਹਦੀ ਕੰਪੋਜੀਸ਼ਨ ਆ ਹੁਣ ਜਿਹੜੀ ਹੈ ਨਾ, ਉਹ ਮੰਨ ਲਓ ਮੇਰੀ ਆ ਪਹਿਲੀ ਓਰੀਜਨਲ ਹੈ ਨਾ ਸਾਡੀ ਆ, ਉਹ ਮੇਰੇ ਨਾਂ ਦੇ ਠੱਪਾ, ਹੁਣ ਇਸ ਤੋਂ ਬਾਅਦ ਜਿਹੜਾ ਵੀ ਬੰਦਾ ਉਹਨੂੰ ਕਹੂਗਾ ਉਹ ਵੱਜਣੀ, ਇਹ ਵੀ ਰਣਵੀਰ ਦੀ ਆ, ਇਹ ਤਾਂ ਰਣਵੀਰ ਦਾ ਗਾਣਾ, ਸਹੀ ਗੱਲ ਹੈ ਸਪੋਜ਼, ਹੈ ਨਾ। ਪਰ ਯਾਰ ਗੱਲ ਇਹ ਹੈਗੀ ਆ ਬਈ ਸੁਰ ਤਾਂ ਉਹੀ ਨੇ ਵਾਜੇ 'ਚ, ਮੈਂ ਕਿਹੜਾ ਕਿਤੋਂ ਬਾਹਰੋਂ ਕੱਢ ਕੇ ਲਿਆਇਆ, ਫਿਰ ਇਸ ਕਰਕੇ ਇਹ ਤਾਂ ਮੇਰੇ ਤਾਂ ਜਦੋਂ ਮੈਂ 2007 'ਚ ਮੈਟ੍ਰਿਕ ਪਾਸ ਕਰਦਾ ਮੈਂ ਤਾਂ ਉਦੋਂ ਦੇ ਮੇਰੇ ਤਾਂ ਕੰਨਾਂ ਦੀ ਪਿਅਰਸਿੰਗ ਹੈਗੀ ਆ। ਅੱਛਾ, ਇਹ ਜਿਹੜੀਆਂ ਵਾਲੀਆਂ ਮੇਰੇ ਪਾਈਆਂ ਮੇਰੀ ਦਾਦੀ ਦੀਆਂ, ਹੁਣ ਜੇ ਹੁਣ ਆਪਾਂ ਇਹ ਕਹਾਂਗੇ ਵੀ ਨਿੰਜੇ ਨੂੰ ਵੇਖ ਕੇ ਪਾਈਆਂ ਤਾਂ ਇਹ ਗੱਲ ਗਲਤ ਹੋਊਗੀ, ਵੀ ਇੱਦਾਂ ਨਹੀਂ ਹੈਗਾ ਵੀ ਮੈਨੂੰ ਵੀ ਲੱਗਦਾ ਵੀ ਹਾਂ ਯਾਰ ਮੈਨੂੰ, ਮੈਂ ਪਾਈਆਂ, ਮੈਨੂੰ ਚਾਰ ਲੋਕਾਂ ਨੇ ਕਹਿਤਾ ਯਾਰ ਬਹੁਤ ਸੋਹਣੀਆਂ ਲੱਗਦੀਆਂ ਤੇਰੇ ਪਾਈਆਂ, ਮੈਂ ਠੀਕ ਹੈ ਪਾਈ ਰੱਖਦੇ ਹਾਂ, ਜੇ ਕੋਈ ਚਾਰ ਕੱਲ੍ਹ ਨੂੰ ਕਹਿੰਦੇ ਨਹੀਂ ਵਧੀਆ ਲੱਗਦੇ ਆਪਾਂ ਲਾ ਦੇਵਾਂਗੇ, ਕੋਈ ਮਸਲਾ ਨਹੀਂ ਹੈ, ਅਤੇ ਇੱਦਾਂ ਨਹੀਂ ਹੈਗਾ ਕਿਸੇ ਨੂੰ ਦੇਖਾ ਦੇਖ ਨਹੀਂ, ਮੈਨੂੰ ਸ਼ੌਂਕ ਸੀਗਾ ਜਦੋਂ ਬਚਪਨ ਤੋਂ ਮੈਂ ਸਿੱਖਦਾ ਸੀਗਾ, ਇੱਧਰ ਉੱਧਰ ਹੋਰ ਕਲਾਕਾਰਾਂ ਨੂੰ ਦੇਖਦਾ ਸੀ, ਮੇਰਾ ਜੀ ਕਰਦਾ ਹੁੰਦਾ ਸੀ ਯਾਰ ਹਾਂ ਕਲਾਕਾਰਾਂ ਦੇ ਕੰਨ ਬਿੰਨੇ ਹੁੰਦੇ ਆ, ਇਹ ਨਹੀਂ ਪਤਾ ਸੀ ਵੀ ਕੰਨ ਤਾਂ ਜੋਗੀਆਂ ਦੇ ਬਿੰਨੇ ਹੁੰਦੇ ਆ ਤੰਦਰਾ। ਅੱਛਾ, ਇੱਕ ਟਾਈਮ ਸੀਗਾ ਜਦੋਂ ਇਹ ਕੰਪਲਸਰੀ ਵੀ ਹੋ ਗਿਆ ਸੀ ਯਾਰ, ਇਹ ਸਿੰਗਰਾਂ ਤਾਂ ਕੰਨ ਬਣਾਉਣੇ ਪੈਣੇ ਆ, ਹਾਂ ਇੱਕ ਟਾਈਮ ਜਿਹਾ ਸੀਗਾ, ਪਿੰਡਾਂ ਵੱਲ ਥੋੜਾ ਜਿਹਾ ਇੱਦਾਂ ਦੇ ਮਿਥਸ ਇੱਦਾਂ ਦੀਆਂ ਬਹੁਤ ਹੈ ਨਾ ਚੀਜ਼ਾਂ, ਉਹ ਬਣੀਆਂ ਬਣੀਆਂ ਗੱਲਾਂ ਨੇ ਬਈ ਇੱਦਾਂ ਨਹੀਂ ਹੁੰਦਾ, ਇੱਦਾਂ ਨਹੀਂ ਹੁੰਦਾ, ਜੇ ਆਹ ਹੈ ਤਾਂ ਭਾਈ ਫਿਰ ਤਾਂ ਕੰਨ ਬਣਾ ਕੇ ਇੱਦਾਂ ਕਰ ਲਿਆ ਉਹ ਕਰ ਲਿਆ ਹੈ ਨਾ। ਮੈਂ ਜਦੋਂ 2003 ਦੇ ਵਿੱਚ 6ਵੀਂ ਕਲਾਸ 'ਚ ਪੜ੍ਹਦਾ ਸੀ ਉਦੋਂ, ਮੈਂ ਪਹਿਲੀ ਵਾਰੀ ਸਕੂਲ ਦੀ ਸਟੇਜ 'ਤੇ ਗਾਇਆ ਹਾਰਮੋਨੀਅਮ ਤਬਲੇ ਦੇ, ਹਾਰਮੋਨੀਅਮ ਦੇ ਢੋਲਕੀ ਦੇ ਨਾਲ, ਤੇਰੇ ਟਿੱਲੇ ਤੋਂ ਸੂਰਤ ਦੀਂਦੀ ਹੈ ਹੀਰ ਦੀ ਮਾਨਕ ਸਾਹਿਬ ਦੀ ਕਲੀ, ਹੈ ਨਾ, ਮੈਂ ਤੇਰੀ ਤੂੰ ਮੇਰਾ ਛੱਡਣ ਜਾਵੇਂ, ਐਵੇਂ ਨਾ ਲੜਿਆ ਕਰ, ਢੋਲਾ ਵੀ ਤੇਰੀ ਸਿਰ, ਇਹ 3 ਗਾਣੇ ਮੈਂ ਮੋਸਟਲੀ ਗਾਇਆ ਕਰਦਾ ਸੀਗਾ ਸਟੇਜ 'ਤੇ। ਅਤੇ ਜਿਹੜਾ ਸਾਡਾ ਸਾਡੇ ਸਰ ਸੀਗੇ ਗੋਬਿੰਦ ਸਿੰਘ, ਉਹ ਸਾਡੇ DP PT ਮਾਸਟਰ ਸੀਗੇ, ਹੈ ਨਾ, ਅਤੇ ਉਹਨਾਂ ਨੂੰ ਗਾਉਣ ਵਜਾਉਣ ਦਾ ਸ਼ੌਂਕ ਸੀਗਾ, ਹਾਰਮੋਨੀਅਮ ਵਜਾ ਲੈਂਦੇ ਸੀ, ਅਤੇ ਉਹਨਾਂ ਨੇ ਸੁਣਿਆ ਮੈਨੂੰ, ਅਤੇ ਮੈਨੂੰ ਕਹਿੰਦੇ ਯਾਰ ਤੂੰ ਵਧੀਆ ਗਾਉਂਦਾ, ਉਹਨਾਂ ਨੇ ਆਪ ਹੀ ਉਹ ਟਿੱਚ ਬਟਨ ਵਾਲੀਆਂ ਮੁੰਦਰਾਂ ਜੀਆਂ ਬਣਾਈਆਂ, ਅੱਛਾ, ਪਰਦੇ ਦਾ ਕੁੰਡਲ ਲੈ ਕੇ ਉਹਦੇ 'ਚ ਇੱਕ ਰੀਠਾ ਲਟਕਾ ਕੇ, ਉਹਦੇ ਵਿੱਚ ਉੱਪਰ ਉੱਪਰ ਇੱਕ ਹੁੱਕ ਇੱਦਾਂ ਪਾ ਕੇ, ਉਹ ਸਾਰੀ ਉਹਦੇ 'ਚੋਂ ਜਿਹੜੀ ਉਹ ਸਪਰਿੰਗ ਵਾਲੀ ਚਿਤਰੀ ਨਹੀਂ ਹੁੰਦੀ, ਉਹ ਇੱਦਾਂ ਕਰਕੇ ਮੇਰੇ ਲਈ 2 ਮੁੰਦਰਾਂ ਉਹਨਾਂ ਨੇ ਬਣਾਈ, ਸ਼ਾਇਦ ਕਿਤੇ ਘਰੇ ਆਉਣ ਵੀ ਪਈਆਂ ਹੋਣਗੀਆਂ। ਅੱਛਾ, ਤੇ ਉਹ ਪਾ ਕੇ ਮਤਲਬ ਐਡੇ 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 ਝੌਂਕਣ ਐਡੇ ਲਟਕਦੇ ਹੁੰਦੇ ਸੀ, ਮੇਰੇ ਕੁੜਤਾ ਚਾਦਰ ਲਾਦਾ ਮੈਂ ਨਿੱਕਾ ਜਿਹਾ ਮੈਂ, ਅੱਛਾ, ਹੈ ਨਾ, ਤੇ ਉਹ ਹੁਣ ਇਹ ਤਾਂ ਉਦੋਂ ਦਾ ਚੱਲੀ ਜਾਂਦਾ ਮਾਮਲਾ ਵਾਕਈ, ਹੈ ਨਾ, ਤੇ ਮੇਰੇ ਤਾਂ ਉਦੋਂ ਦਾ ਹੀ ਸ਼ੌਂਕ ਸੀਗਾ ਵੀ ਹਾਂ ਯਾਰ ਵੀ ਬਸ, ਕਿਉਂਕਿ ਸਕੂਲ 'ਚ ਹੁਣ ਉਹਨਾਂ ਨੇ ਬਣਾਉਣੇ, ਕੁੱਟਣਾ ਉਹਨਾਂ ਨੇ ਫੜ ਕੇ ਵੀ ਹਾਂ ਤੂੰ ਚੰਗੇ ਸ਼ੌਂਕ ਫੜੇ ਆ, ਤੇ ਉਹ ਜਿੱਦਾਂ ਹੀ ਮੈਂ ਮੈਟ੍ਰਿਕ ਪਾਸ ਕੀਤੀ ਯਾਰ, ਹੁਣ ਸਕੂਲ 'ਚੋਂ ਨਿਕਲੇ ਫਿਰ ਬਣਾ ਲਏ, ਆਪਾਂ ਜਾਂਦੇ ਮੈਂ ਪਹਿਲਾਂ ਕੰਨ ਬਣਾਉਣਾ, ਕਿਉਂਕਿ ਇਹ ਮੇਰਾ ਉਦੋਂ ਦਾ ਹੀ ਫਸਿਆ ਹੋਇਆ ਸੀ ਮਾਮਲਾ, ਹੈ ਨਾ, ਤੇ ਉਦੋਂ ਦਾ ਹੀ ਇੱਦਾਂ ਆ, ਕਿਸੇ ਨੂੰ ਦੇਖ ਕੇ ਨਹੀਂ, ਮਤਲਬ ਮੇਰੀ ਆਪਣੀ ਸੋਚ ਸੀਗੀ ਵੀ ਆਪਾਂ ਇੱਦਾਂ ਕਰਾਂ। ਵੀਰੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਮੈਂ ਚਾਹੁੰਦਾ ਤੁਹਾਨੂੰ ਕਿ ਆਪਾਂ ਕਦੇ ਦਾ ਉਸ ਹੀ ਸਰਾਹ ਤੇ ਆਪਾਂ ਸੈਕੰਡ ਪਾਰਟ ਦੀਆਂ ਕੁਝ ਲਾਈਨਾਂ ਤੁਹਾਡੇ ਤੋਂ ਸੁਣ ਸਕਾਂ। ਹਾਂਜੀ ਬਿਲਕੁਲ, ਇਹਦੀਆਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਇਹ ਹੁਣ ਮੁੰਡੇ ਦਾ ਪੁਆਇੰਟ ਆਫ ਵਿਊ ਆ, ਹੈ ਨਾ, ਉਹ ਆਪਣੀ ਉਹ ਦੱਸ ਰਿਹਾ ਤਾਂ ਉਹ ਕੀ ਜਦੋਂ ਵਾਪਸ ਆਇਆ ਤਾਂ ਉਹਦੇ ਕੀ ਬੋਲਨੇ। ਕਿਸਮਤ ਨੇ ਖਾਰੇ
ਕਿਹੜੇ ਰਾਹੀ ਪਾਇਆ ਸੀ ਰੋਇਆ ਮੈਂ ਉਹ ਤੋਂ ਜ਼ਿਆਦਾ ਜਿੰਨਾ ਤੂੰ ਹਸਾਇਆ ਸੀ ਮੈਂ ਵੀ ਤਾਂ ਅਧੂਰਾ ਤੇਰੇ ਬਿਨਾਂ ਰਿਹਾ ਸੀ ਗਿਆ ਨਹੀਂ ਸੀ ਤੈਨੂੰ ਦਿਲ ਚੋਂ ਮੈਂ ਕੱਢ ਕੇ ਤੇਰਾ ਸੀ ਮੈਂ ਤੇਰਾ ਹਾਂ ਤੇਰਾ ਹੀ ਰਹੂੰਗਾ ਜਾਣਾ ਨਹੀਂ ਕਦੇ ਵੀ ਹੁਣ ਤੈਨੂੰ ਛੱਡ ਰਿਲੀਜ਼ ਹੋ ਜਾਣਾ ਸੋ ਤੁਸੀਂ ਸਾਰੇ ਜਣੇ ਸੁਣਿਓ ਤੇ ਸਾਨੂੰ ਆਪਣੇ ਰਿਵਿਊਜ਼ ਦੱਸਿਓ ਥੈਂਕ ਯੂ